ਉਹ ਸਾਡੇ ਹਾਰ ਜਾਣਾ ਹੈ ਨਹੀਂ ਗਾ ਬਲੱਡ ਚ ਲੱਕ ਮੁੱਢ ਤੋਂ ਮੁਸੀਬਤਾਂ ਦੇ ਤੋੜਿਆ ਮਾੜੀ ਸੋਚ ਅੱਗੇ ਸਿਰ ਨਹੀਂ ਝੁਕਾਈਦਾ ਲੰਡੂ ਬੰਦਿਆਂ ਦੇ ਨੱਕ ਸਦਾ ਮੋੜਿਆ ਉਹ ਸਾਨੂੰ ਰਾਤਾਂ ਦੇ ਹਨੇਰਿਆਂ ਦਾ ਖੌਫ ਨਾ ਤੇ ਸਦਾ ਸੂਰਜਾਂ ਦੇ ਰਹੇ ਨਿਗਮਾਨ ਦੇ ਉਹ ਕਿੱਥੇ ਮਾੜੇ ਦਿਨ ਮਿੱਤਰਾਂ ਨੂੰ ਢਾਉਣਗੇ ਅਸੀਂ ਚੜ੍ਹਦੀ ਕਲਾ ਚ ਜਿਉਣਾ ਜਾਣਦੇ ਅੱਜ ਦੇਖਦੇ ਹੋ ਇਹ ਕੰਮ ਨੂੰ ਤੇ ਅੱਜ ਤੋਂ 5 ਸਾਲਾਂ ਨੂੰ ਤੁਸੀਂ ਕਿੱਥੇ ਕੋਈ ਸੁਪਨਾ ਹੁੰਦਾ ਹਰ ਬੰਦੇ ਦੇ ਸੁਪਨੇ ਹੁੰਦੇ ਜੀ ਅੱਜ ਤੋਂ 5 ਸਾਲ ਨੂੰ ਇੱਥੇ ਇਹ ਲੈਵਲ ਤੇ ਸਿੱਧਾ ਦਾ ਕੋਈ ਸੋਚੇ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ 5 ਸਾਲ ਪਹਿਲਾਂ ਸ਼ਾਇਦ ਮੈਂ ਬੋਲੀਆਂ ਪਾਉਂਦਾ ਹੁੰਦਾ ਸੀਗਾ ਮਹਿੰਦਰਾ ਕਾਲਜ ਤੇ ਉੱਥੇ ਸਿਰਫ ਇਹੀ ਸੀਗਾ ਵੀ ਹਾਂ ਬੋਲੀਆਂ ਪਾ ਰਹੇ ਹਾਂ ਭੰਗੜੇ ਦੀ ਟੀਮ ਵਧੀਆ ਨੱਚ ਰਹੀ ਹੈ ਤੇ ਮੁੜ ਕੇ ਅੱਗੇ ਕੋਈ ਕੰਮ ਕਰ ਲੱਗ ਜਾਵਾਂਗੇ ਕੋਈ ਭਰਤੀ ਭੁਰਤੀ ਹੋ ਜਾਵਾਂਗੇ ਪੁਲਿਸ ਦੇ ਵਿੱਚ ਉਹ ਸਾੜੇ ਜਾਂਦੇ ਜਿਉਂਦੇ ਕਿਧਰੇ ਜਾਂਦੀ ਪੱਗ ਉਤਾਰੀ ਐ ਸਾਡੇ ਹੱਕ ਸਾਨੂੰ ਨਹੀਂ ਮਿਲਿਆ ਭਾਵੇਂ ਬਣ ਗਏ ਲੋ ਸਰਕਾਰੀ ਐ ਆਪਣੇ ਹੀ ਖਾ ਗਏ ਆਪਣਿਆਂ ਨੂੰ ਸੱਚ ਜਾਣਿਓ ਹਿਰਦਾ ਡੋਲ ਰਿਹਾ ਆ ਜਾ ਬਾਬਾ ਤੀਰ ਵਾਲਿਆ ਦਰਦ ਸਿੰਘਾਂ ਦਾ ਬੋਲ ਰਿਹਾ ਆ ਜਾ ਬਾਬਾ ਤੀਰ ਵਾਲਿਆ ਦਰਦ ਸਿੰਘਾਂ ਦਾ ਬੋਲ ਰਿਹਾ ਤੇ ਤੁਸੀਂ ਖੁੱਲ ਕੇ ਗਾਉਣਾ ਪਸੰਦ ਕਰਦੇ ਹੋ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਵੀ ਅੱਜ ਦਾ ਜਿਹੜਾ ਕਲਾਕਾਰ ਆ ਬਹੁਤ ਘੱਟ ਨੇ ਜਿਹੜੇ ਸਿੱਖ ਕੇ ਆ ਰਹੇ ਨੇ ਜਾਂ ਜਿਨ੍ਹਾਂ ਦੀ ਉਹੋ ਜੀ ਆਵਾਜ਼ ਆ ਹਨਾ ਬਾਕੀ ਜ਼ਿਆਦਾ ਸੀੜੀਆਂ ਤੇ ਜਾਂ ਉਦਾਂ ਚੱਲਦਾ ਤੁਸੀਂ ਖੁੱਲ ਕੇ ਜਦੋਂ ਮੇਰਾ ਇਸ਼ਕ ਹੀ ਗਾਉਣਾ ਹੈ ਹਾਂ ਤੇ ਫਿਰ ਉੱਥੇ ਪਸੰਦ ਤੇ ਨਾ ਪਸੰਦੀ ਦਾ ਗੱਲ ਹੀ ਨਹੀਂ ਵਿਚੇ ਰਹਿ ਜਾਂਦੀ ਭਾਜੀ ਹੈ ਨਾ ਚਾਹੇ ਉਹ ਸਟੂਡੀਓ ਦੇ ਵਿੱਚ ਗਾਣਾ ਹੋਵੇ ਚਾਹੇ ਆਪਾਂ ਮਹਿਫਲ ਦੇ ਵਿੱਚ 4 ਯਾਰ ਦੋਸਤ ਇਕੱਠੇ ਹੋਏ ਹੋਣ ਚਾਹੇ ਉਹ ਲਾਈਵ ਸਟੇਜ ਹੋਵੇ ਕਿਹੜਾ ਗਾਣਾ ਹੈਗਾ ਜਿਹੜਾ ਮਨ ਨੂੰ ਸਕੂਨ ਦਿੰਦਾ ਚਲੋ ਹਿੱਟ ਹੋਣਾ ਨਾ ਹੋਣਾ ਉਹ ਇੱਕ ਹੋਰ ਗੱਲ ਆ ਉਹ ਇੱਕ ਹੋਰ ਸੈਟੀਸਫੈਕਸ਼ਨ ਹੈ ਇੱਕ ਹੋਰ ਅਹਿਸਾਸ ਆ ਇੱਕ ਹੋਰ ਚੀਜ਼ ਦਾ ਹੋ ਕਦੇ ਮਾਂ ਯਾਦ ਆਉਂਦੀ ਕਦੇ ਪਿਓ ਯਾਦ ਆਉਂਦਾ ਮੇਰੇ ਪਿੰਡ 'ਚ ਕਿੰਨਾ ਸੀ ਮੇਰਾ ਤਿਓ ਯਾਦ ਆਉਂਦਾ ਉੱਥੇ ਕੀਲਿਆਂ ਦੇ ਮਾਲਕਾਂ ਨੂੰ ਪੈਂਦੇ ਨੇ ਜੀ ਦਰ ਦਰ ਕੰਮ ਲੱਭਣੇ ਏਅਰਪੋਰਟ ਤੱਕ ਜਾਂਦੇ ਲੋਕੀ ਰੋਂਦੇ ਸੌਖੇ ਨਹੀਂ ਓ ਪਿੰਡ ਛੱਡਣੇ ਓ ਕਿਸੇ ਨਾਲ ਕੋਈ ਡ੍ਰੀਮ ਪ੍ਰੋਜੈਕਟ ਵੀ ਆਹ ਕਲਾਕਾਰ ਨਾਲ ਮੈਂ ਖੜ ਕੇ ਸਟੇਜ ਸਾਂਝੀ ਕਰਾਂ ਜਾਂ ਗਾਵਾਂ ਲਾਈਵ ਜਾਂ ਕਿਤੇ ਕੋਈ ਗਾਣਾ ਅਫੀਸ਼ੀਅਲ ਤੌਰ ਦੇ ਉੱਤੇ ਕੋਈ ਹੈਗਾ ਇਦਾਂ ਡ੍ਰੀਮ ਭਾਜੀ ਮੈਂ ਤੁਹਾਨੂੰ ਦੱਸਾਂ ਮੈਂ ਡ੍ਰੀਮ ਮਤਲਬ ਕਿ ਡ੍ਰੀਮ ਸੁਪਨੇ ਲੈ ਕੇ ਬਹੁਤ ਦੇਖ ਲਏ ਪਰ ਸੁਪਨੇ ਲੈ ਕੇ ਪੂਰੇ ਨਹੀਂ ਹੁੰਦੇ ਉਹ ਪਰਮਾਤਮਾ ਆਪੀ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਉਸਨੇ ਕਦੋਂ ਤੁਹਾਡੇ ਵਾਸਤੇ ਕੀ ਲਿਖਿਆ ਹੋਇਆ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਕਲਾ ਦੇ ਖੇਤਰ ਦੇ ਵਿੱਚ ਖਾਸ ਕਰਕੇ ਜੇ ਅਸੀਂ ਗਾਇਕੀ ਦੀ ਗੱਲ ਕਰਦੇ ਹਾਂ ਗਾਇਕੀ ਦੇ ਪਿੰਡ ਦੇ ਵਿੱਚ ਆਏ ਨੇ ਅਤੇ ਜੇ ਨਵੇਂ ਨੌਜਵਾਨਾਂ ਦੀ ਗੱਲ ਕਰਦੇ ਹਾਂ ਜਿਹੜੇ ਪਿਛਲੇ 2-3 ਸਾਲਾਂ ਤੋਂ ਜਾਂ ਪਿਛਲੇ ਸਮੇਂ ਤੋਂ ਆ ਰਹੇ ਨੇ ਸੋਹਣੀਆਂ ਸੋਹਣੀਆਂ ਦਸਤਾਰਾਂ ਵੀ ਸਜਾਉਂਦੇ ਨੇ ਪਰ ਜਿਹੜੀ ਉਹਨਾਂ ਦੀ ਵੋਕਲ ਆਵਾਜ਼ ਆ ਉਹ ਵੀ ਬਾਕਮਾਲ ਆ ਅਤੇ ਜਿਨ੍ਹਾਂ ਗੀਤਕਾਰਾਂ ਤੋਂ ਉਹ ਗੀਤ ਲੈਂਦੇ ਨੇ ਜਾਂ ਆਪ ਲਿਖਦੇ ਨੇ ਉਹ ਵੀ ਬਾਕਮਾਲ ਗੱਲਾਂ ਹੋ ਰਹੀਆਂ ਹੈਗੀਆਂ ਆਪਣੇ ਖਿੱਤੇ ਦੀ ਵੀ ਗੱਲ ਕਰਦੇ ਨੇ ਅਤੇ ਲੋਕਾਂ ਨੂੰ ਕਿਤੇ ਨਾ ਕਿਤੇ ਜਾਗਰੂਕ ਵੀ ਕਰ ਰਹੇ ਨੇ ਅਤੇ ਨਾਲ ਦੀ ਨਾਲ ਲੋਕਾਂ ਦੇ ਜਿਹੜਾ ਖੂਨ ਆ ਜਿਹੜਾ ਖੂਨ ਉਬਾਲੇ ਮਾਰਦਾ ਗਾ ਉਹਨੂੰ ਵੀ ਪੰਪ ਕਰਦੇ ਨੇ ਅਜਿਹੇ ਹੀ ਇੱਕ ਕਲਾਕਾਰ ਦੇ ਨਾਲ ਮੌਜੂਦ ਹਾਂ ਖੁੱਲ੍ਹੀਆਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਗਾਣੇ ਵੀ ਸੁਣਾਂਗੇ ਅਤੇ ਉਹ ਕੀ ਸੋਚਦੇ ਨੇ ਪੰਜਾਬ ਬਾਰੇ ਜਾਂ ਚੀਜ਼ਾਂ ਬਾਰੇ ਉਹਦੇ ਬਾਰੇ ਵੀ ਉਹਨਾਂ ਦਾ ਥੋੜ੍ਹਾ ਜਿਹਾ ਜਿਹੜਾ ਧਿਆਨ ਆ ਉਹ ਖਿੱਚਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਅੰਦਰ ਆ ਜਿਹੜਾ ਫਰੋਲਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੌਜੂਦ ਨੇ ਏਕਮ ਚਨੋਲੀ ਏਕਮ ਜੀ ਸਵਾਗਤ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਤਨ ਵੀਰੇ ਹਾਂ ਠੀਕ ਠਾਕ ਹੋ ਬਾਈ ਚੜ੍ਹਦੀ ਕਲਾ ਭਾਅ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਤੁਸੀਂ ਸ਼ੁਰੂ ਕਰ ਲਈਏ ਆਪਾਂ ਫਿਰ ਆਪਾਂ ਅਗਲੀ ਗੱਲਬਾਤ ਕਰਦੇ ਹਾਂ ਜ਼ਰੂਰ ਜੀ ਜ਼ਰੂਰ ਜੀ ਉਹ ਸਾਡੇ ਹਾਰ ਜਾਣਾ ਹੈ ਨਹੀਂ ਗਾ ਬਲੱਡ 'ਚ ਲੱਕ ਮੁੱਢ ਤੋਂ ਮੁਸੀਬਤਾਂ ਦੇ ਤੋੜਿਆ ਮਾੜੀ ਸੋਚ ਅੱਗੇ ਸਿਰ ਨਹੀਂ ਝੁਕਾਈਦਾ ਲੰਡੂ ਬੰਦਿਆਂ ਦੇ ਨੱਕ ਸਦਾ ਮੋੜਿਆ ਉਹ ਸਾਨੂੰ ਰਾਤਾਂ ਦੇ ਹਨੇਰਿਆਂ ਦਾ ਖੌਫ ਨਾ ਤੇ ਸਦਾ ਸੂਰਜਾਂ ਦੇ ਰਹੇ ਨਿਗਮਾਨ ਦੇ ਉਹ ਕਿੱਥੇ ਮਾੜੇ ਦਿਨ ਮਿੱਤਰਾਂ ਨੂੰ ਢਾਉਣਗੇ ਅਸੀਂ ਚੜ੍ਹਦੀ ਕਲਾ 'ਚ ਜਿਉਣਾ ਜਾਣਦੇ ਵਾਹ ਜੀ ਕੀ ਬਾਤ ਹੈ
ਬਾ ਖੂਬ ਗਾਇਆ ਤੇ ਬਾ ਖੂਬ ਲਿਖਿਆ ਗਲਰੌਂਤਾ ਜੀ ਨੇ ਲਿਖਿਆ ਵਾ ਹਾਂਜੀ ਹਾਂਜੀ ਭਾਜੀ ਜੀ ਜੇ ਮੈਂ ਤੁਹਾਡੀ ਨਿੱਜੀ ਗੱਲ ਕਰਾਂ ਹਾਂਜੀ ਗਾਇਕੀ ਦਾ ਸਫ਼ਰ ਕਿੱਥੋਂ ਸ਼ੁਰੂ ਹੁੰਦਾ ਗਾ ਕਹਿਣ ਦਾ ਭਾਵ ਵੀ ਪਹਿਲਾਂ ਤੋਂ ਹੀ ਸੀ ਵੀ ਇੱਦਾਂ ਇਸ ਖਿੱਤੇ 'ਚ ਆਉਣਾਗਾ ਇਸ ਫੀਲਡ 'ਚ ਆਉਣਾ ਕਿ ਸਬੱਬ ਬਣ ਗਿਆ ਕੋਈ ਵੈਸੇ ਤਾਂ ਮਤਲਬ ਕਿ ਬੰਦਾ ਸੋਚਦਾ ਨਹੀਂ ਕੁਛ ਵੀ ਕਰਦਾ ਇਹ ਤਾਂ ਪਰਮਾਤਮਾ ਕਰਦਾ ਭਾਜੀ ਹੈ ਨਾ ਹਾਂ ਅਤੇ ਉਵੇਂ ਹੀ ਸਕੂਲ ਦੇ ਵਿੱਚ ਪੜ੍ਹਦੇ ਪੜ੍ਹਦੇ ਥੋੜ੍ਹਾ ਗਾਇਕੀ ਦਾ ਸ਼ੌਂਕ ਜਿੱਦਾਂ ਬਾਲ ਸਭਾਵਾਂ ਹੁੰਦੀਆਂ ਨੇ ਜਿਹੜੀਆਂ ਅਤੇ ਉਹਨਾਂ ਦੇ ਵਿੱਚ ਟੀਚਰਸ ਨੇ ਨਾਲ ਦਿਆਂ ਨੇ ਅਤੇ ਮੋਟੀਵੇਟ ਕਰਨਾ ਕਿ ਹਾਂ ਵੀ ਉਹ ਗਾਓ ਜੀ ਤਾਂ ਉਹਦੇ ਵਿੱਚ ਇੱਕ ਦੋ ਕੁਛ ਬਚਪਨ ਦੇ ਵਿੱਚ ਹੀ ਗਾਈ ਜਾਣਾ ਹੈ ਨਾ ਤੀਜੀ ਚੌਥੀ ਕਲਾਸ ਦੇ ਵਿੱਚ ਪੜ੍ਹਦੇ ਹਾਂ ਅਤੇ ਮੁੜ ਕੇ ਫਿਰ ਜਿਹੜੇ ਸਕੂਲ ਲੈਵਲ 'ਤੇ ਮੁਕਾਬਲੇ ਹੁੰਦੇ ਸੀਗੇ ਲੋਕ ਗੀਤ ਮੁਕਾਬਲੇ ਜਾਂ ਉਹਦੇ ਵਿੱਚ ਅਧਿਆਪਕਾਂ ਨੇ ਹੈ ਨਾ ਤਿਆਰੀ ਕਰਵਾਉਣੀ ਅਤੇ ਉਦੋਂ ਤੋਂ ਹੀ ਸਟਾਰਟ ਹੋ ਗਿਆ ਬਸ ਉਦੋਂ ਸੋਝੀ ਵੀ ਨਹੀਂ ਸੀਗੀ ਵੀ ਹਾਂ ਵੀ ਗਾਣਾ ਹੁੰਦਾ ਕੀ ਹੈ ਅਤੇ ਕਿਉਂਕਿ ਉਦੋਂ ਤੋਂ ਹੀ ਮਤਲਬ ਕਿ ਪਿਆਰ ਪੈ ਗਿਆ ਇਸ ਚੀਜ਼ ਦੇ ਨਾਲ ਅਤੇ ਬਾਕੀ ਹੁਣ ਤੱਕ ਚੱਲੀ ਜਾ ਰਿਹਾ ਇਸ ਚੀਜ਼ ਦੇ ਨਾਲ ਪਿਆਰ ਹੀ ਇੰਨਾ ਗੂੜਾ ਪੈ ਗਿਆ ਕਿ ਇਹਦੇ ਵਿੱਚ ਹੀ ਫਿਰ ਜ਼ਿੰਦਗੀ ਲੰਘ ਰਹੀ ਹੈ ਜੀ ਤੁਹਾਡੀਆਂ ਬਹੁਤ ਸਾਰੀਆਂ ਮੁਲਾਕਾਤਾਂ ਹੋਈਆਂ ਹੋਣਗੀਆਂ ਆਪਾਂ ਉਹ ਪੁਰਾਣੀਆਂ ਗੱਲਾਂ ਨਹੀਂ ਕਰਨੀਆਂ ਹਾਂਜੀ ਜੇ ਹੁਣ ਮੌਜੂਦਾ ਦੌਰ ਦੇਖਦੇ ਹੋ ਤੁਸੀਂ ਆਪਣੇ ਇਸ ਫੀਲਡ ਦਾ ਦੇਖਦੇ ਹੋ ਹਾਂਜੀ ਗਾਇਕੀ ਦਾ ਗਾਉਣ ਵਾਲਿਆਂ ਦਾ ਦੇਖਦੇ ਹੋ ਲਿਖਣ ਵਾਲਿਆਂ ਦਾ ਦੇਖਦੇ ਹੋ ਮਿਊਜ਼ਿਕ ਸੰਗੀਤ ਬਣਾਉਣ ਵਾਲਿਆਂ ਦਾ ਦੇਖਦੇ ਹੋ ਕਿਵੇਂ ਇੰਡਸਟਰੀ ਆ ਠੀਕ ਆ ਸਭ ਕੁਛ ਨਵੇਂ ਮੁੰਡਿਆਂ ਲਈ ਜਾਂ ਤੁਹਾਡੇ ਵਰਗੇ ਜਿਹੜੇ ਨਵੇਂ ਮੁੰਡੇ ਆ ਰਹੇ ਆ ਵਧੀਆ ਵੋਕਲ ਆ ਵਧੀਆ ਤੁਸੀਂ ਸ਼ਬਦ ਦੁਨੀਆਂ ਨੂੰ ਦੱਸ ਰਹੇ ਹੋ ਵਧੀਆ ਗੀਤ ਸਿਲੈਕਟ ਕਰਦੇ ਹੋ ਕਿਵੇਂ ਆ ਠੀਕ ਹੈ ਵੈਸੇ ਤਾਂ ਜੇ ਦੇਖਿਆ ਜਾਵੇ ਤਾਂ ਪਰਮਾਤਮਾ ਜੋ ਕਰਦਾ ਜੀ ਸਾਰਾ ਕੁਛ ਠੀਕ ਕਰਦਾ ਅਤੇ ਆਪਾਂ ਇਹ ਨਹੀਂ ਕਹਿ ਸਕਦੇ ਇਹ ਗਲਤ ਹੋ ਗਿਆ ਕਹਿ ਕਈ ਵਾਰੀ ਕਹਿ ਦਿੰਦੇ ਹਾਂ ਪਰ ਜੋ ਹੁੰਦਾ ਉਹ ਐਵੇਂ ਨਹੀਂ ਮਤਲਬ ਕਿ ਆਪਣੇ ਮਤਲਬ ਕਿ ਸਾਰੇ ਸਿਆਣੇ ਕਹਿੰਦੇ ਨੇ ਜੋ ਹੁੰਦਾ ਸਹੀ ਹੁੰਦਾ ਹੈ ਅਤੇ ਕਈ ਵਾਰੀ ਮੈਂ ਆਪਣੇ ਨਾਲ ਦੇ ਮਤਲਬ ਕਿ ਜਿਹੜੇ ਫਰੈਂਡ ਸਰਕਲ ਜਾਂ ਕਲਾਕਾਰਾਂ ਤੋਂ ਵੀ ਮੈਂ ਸੁਣਦਾ ਵੀ ਹਾਂ ਪਹਿਲਾਂ ਸੌਖਾ ਸੀਗਾ ਅੱਗੇ ਆਉਣਾ ਅਤੇ ਹੁਣ ਔਖਾ ਹੋ ਗਿਆ ਪਰ ਸੇਮ ਹੀ ਹੈ ਪਹਿਲਾਂ ਵੀ ਉਹੀ ਮੁਸ਼ਕਿਲਾਂ ਹੁੰਦੀਆਂ ਸੀਗੀਆਂ ਜੀ ਅਤੇ ਕੰਪੀਟੀਸ਼ਨ ਹੁਣ ਜ਼ਰੂਰ ਵਧਿਆ ਜ਼ਰੂਰ ਹੈ ਪਰ ਆਡੀਅੰਸ ਵੀ ਉਨੀ ਵੱਧ ਗਈ ਹੋਈ ਹੈ ਪਰ ਬਹੁਤ ਸਾਰੇ ਲੋਕ ਕਹਿੰਦੇ ਵੀ ਸੋਸ਼ਲ ਮੀਡੀਆ ਯੂਟਿਊਬ ਫੇਸਬੁੱਕ ਆਉਣ ਨਾਲ ਤੁਸੀਂ ਜਲਦੀ ਜਿਹੜਾ ਫੇਮਸ ਹੋ ਜਲਦੀ ਫੇਮਸ ਹੋ ਸਕਦੇ ਹਾਂ ਕਿਉਂਕਿ ਤਰੀਕੇ ਬਹੁਤ ਆ ਗਏ ਨੇ ਆਪਣੇ ਹੱਥਾਂ ਦੇ ਵਿੱਚ ਫੋਨ ਆ ਗਿਆ ਉਹਦੇ ਵਿੱਚ ਹੀ ਤੁਸੀਂ ਵੀਡੀਓ ਬਣਾ ਕੇ ਹੈ ਨਾ ਸ਼ੇਅਰ ਕਰ ਸਕਦੇ ਹੋ ਪਹਿਲੇ ਤੁਹਾਨੂੰ ਕੰਪਨੀਆਂ ਜਾਂ ਸੰਗੀਤਕਾਰਾਂ ਦੇ ਦਰਵਾਜ਼ਿਆਂ 'ਤੇ ਜਾਣਾ ਪੈਂਦਾ ਸੀਗਾ ਹੁਣ ਤੁਸੀਂ ਘਰੋਂ ਹੀ ਵੀਡੀਓ ਬਣਾ ਕੇ ਤੁਸੀਂ ਅਪਲੋਡ ਕਰ ਸਕਦੇ ਹੋ ਅਤੇ ਉਹ ਤੁਹਾਡੇ ਕੰਟੈਂਟ ਦੇ ਵਿੱਚ ਮਤਲਬ ਕਿ ਵਧੀਆ ਚੀਜ਼ ਹੋਵੇ ਤਾਂ ਲੋਕ ਆਪੇ ਹੀ ਪਿਆਰ ਕਰਦੇ ਨੇ ਜੀ ਜਿਵੇਂ ਖਾਸ ਕਰਕੇ ਜਿੰਨੇ ਕੁ ਤੁਹਾਡੇ ਗੀਤ ਆਏ ਨੇ ਖਾਸ ਕਰਕੇ ਤੁਸੀਂ ਕਮਰਸ਼ੀਅਲ ਵੀ ਬਹੁਤ ਗਾਉਣੇ ਹੋ ਹਾਂਜੀ ਪਰ ਜਿਹੜੇ ਦੂਸਰੇ ਗੀਤ ਆ ਇੱਕ ਪਾਸੇ ਹਟ ਕੇ ਗੀਤ ਆ ਜਾਂ ਇੱਕ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਆ ਹਾਂਜੀ ਉਹ ਹੁਣ ਬਹੁਤ ਸੋਚਾ ਸਮਝ ਕੇ ਤੁਸੀਂ ਚੁਣਦੇ ਹੋ ਜਾਂ ਕਿਵੇਂ ਕੀ ਪ੍ਰੋਸੀਜਰ ਜਾ ਰਹਿੰਦਾ ਇਹ ਕੰਮ ਦਾ ਵੀ ਕਿੱਦਾਂ ਵੀ ਆਪਾਂ ਆਹ ਗੀਤ ਕਰਨਾ ਕਿ ਉਹਦੇ ਲਈ ਕੋਈ ਟੀਮ ਵਗੈਰਾ ਉੱਦਾਂ ਕੁਛ ਟੀਮ ਸਾਡੀ ਭਾਜੀ ਜਸ ਰਿਕਾਰਡ ਦੀ ਟੀਮ ਮਤਲਬ ਕਿ ਸਾਰੀ ਟੀਮ ਸਾਡੀ ਬਹੁਤ ਮਿਹਨਤ ਕਰਦੀ ਹੈ ਸਾਡੇ ਨਾਲ ਵੀ ਮਤਲਬ ਕਿ ਮੈਂ ਇਕੱਲਾ ਇੱਕ ਫੇਸ ਅੱਗੇ ਆ ਕੇ ਦੇਖ ਰਿਹਾ ਪਰ ਮੇਰੇ ਸਾਹਮਣੇ ਪਿੱਛੇ ਜਿਹੜੀ ਟੀਮ ਸਾਰੀ ਹੈ ਨਾ ਜਸਵੀਰਪਾਲ ਭਾਜੀ ਵਿਪਨ ਭਾਜੀ ਅਤੇ ਉਹਨਾਂ ਦੀ ਬਹੁਤ ਮਿਹਨਤ ਹੈ ਇਸ ਪਿੱਛੇ ਗਾਣੇ ਸਿਲੈਕਟ ਵੀ ਕਰਨੇ ਬਾਕੀ ਸਿਲੈਕਟ ਕੁਛ ਸੋਚ ਕੇ ਨਹੀਂ ਹੁੰਦੇ ਹੈਗੇ ਇੱਥੇ ਵੀ ਪਰਮਾਤਮਾ ਦੀ ਮਰਜ਼ੀ ਚੱਲਦੀ ਜਿਵੇਂ ਆਪਾਂ ਸੋਚ ਕੇ ਨਹੀਂ ਕਰਦੇ ਕਿ ਇਹਦੇ ਵਰਗਾ ਕਰਨਾ ਜਾਂ ਕੁਛ ਕਮਰਸ਼ੀਅਲ ਕਰਨਾ ਜੋ ਆਪਣੀ ਲਾਈਫ ਦੇ ਵਿੱਚ ਗੁਜ਼ਰ ਰਹੀਆਂ ਚੀਜ਼ਾਂ ਜਿਵੇਂ ਲਾ ਲਓ ਚੜ੍ਹਦੀ ਕਲਾ ਵਾਲੀ ਤੁਸੀਂ ਆਪਾਂ ਗੱਲ ਕਰਦੇ ਹਾਂ ਤਾਂ ਕੁਛ ਕਿਉਂਕਿ ਆਪਾਂ ਮੱਧ ਵਰਗੀ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਆਏ ਹੋਏ ਹਾਂ ਹੈ ਨਾ ਜੀ ਅਤੇ ਉਹਦੇ ਵਿੱਚ ਇਹ ਹੁੰਦਾ ਕਿ ਜਦੋਂ ਤੁਸੀਂ ਸੋਚਦੇ ਹੋ ਕਾਫੀ ਚੀਜ਼ਾਂ ਤੁਸੀਂ ਸੋਚ ਲੈਂਦੇ ਹੋ ਕਿ ਆਪਾਂ ਇਹ ਕਰਨਾ ਲਾਈਫ ਦੇ ਵਿੱਚ ਆਪਾਂ ਸੁਪਨੇ ਹੁੰਦੇ ਨੇ ਆਪਣੇ ਹੈ ਨਾ ਜੀ ਕਿਤੇ ਨਾ ਕਿਤੇ ਬੰਦੇ ਨੂੰ ਲੱਗਦਾ ਕਿ ਇਹ ਆਪਾਂ ਹਾਲੇ ਇੱਕ ਸਟਰਗਲ ਦੇ ਵਿੱਚੋਂ ਗੁਜ਼ਰ ਰਹੇ ਹਾਂ ਅਤੇ ਪਰ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆਪਾਂ ਚਾਹੇ ਘੱਟ ਹੋਵੇ ਚਾਹੇ ਵੱਧ ਹੋਵੇ ਹੈ ਨਾ ਅਤੇ ਉਵੇਂ ਹੀ ਉਹ ਗਾਣੇ ਮਿਲ ਜਾਂਦੇ ਨੇ ਫਿਰ ਜਿੱਦਾਂ ਗਿਰਰੌਂਤੇ ਵੀਰ ਦੀ ਕਲਮ ਨੂੰ ਸਾਰੀ ਦੁਨੀਆ ਜਾਣਦੀ ਹੈ ਨਾ ਅਤੇ ਉਹਨਾਂ ਨੇ ਜੋ ਲਿਖਿਆ ਬਾਕੀ ਪਰਮਾਤਮਾ ਨੇ ਗਵਾਇਆ ਬਾਈ ਜਸਵੀਰ ਉਹਨਾਂ ਨੇ ਪਿੱਛੇ ਸਪੋਰਟ ਕੀਤੀ ਸਾਰੀ ਮਿਹਨਤ ਨੂੰ ਰੰਗ ਭਾਗ ਲੱਗੇ ਸਾਰਿਆਂ ਨੇ ਪਿਆਰ ਦਿੱਤਾ ਅਤੇ ਦਰਸ਼ਕਾਂ ਦਾ ਬਹੁਤ ਜ਼ਿਆਦਾ ਧੰਨਵਾਦ ਜਿਹੜੇ ਹੁਣ ਵੀ ਦੇਖ ਰਹੇ ਨੇ ਅਤੇ ਐਵੇਂ ਗਾਣਿਆਂ ਨੂੰ ਪਿਆਰ ਕਰਦੇ ਰਹੋ ਕਈ ਵਾਰੀ ਕੁਛ ਸੋਚ ਕੇ ਨਹੀਂ ਅਸੀਂ ਕਰਦੇ ਹੁੰਦੇ ਜੋ ਅੰਦਰ ਹੁੰਦੀਆਂ ਨੇ ਚੀਜ਼ਾਂ ਉਵੇਂ ਦੇ ਗਾਣੇ ਮਿਲ ਜਾਂਦੇ ਨੇ ਆਪਾਂ ਨੂੰ ਅਸੀਂ ਜਸਵੀਰਪਾਲ ਬਾਈ ਦੇ ਨਾਲ ਵੀ ਅਸੀਂ ਗੱਲ ਕਰਦੇ ਸੀਗੇ ਭਾਅ ਜੀ ਆਪਾਂ ਨੂੰ ਮਤਲਬ ਕਿ ਸੋਚਿਆ ਨਹੀਂ ਸੀਗਾ ਕਿ ਚੜ੍ਹਦੀ ਕਲਾ ਗਾਣਾ ਇੰਨਾ ਪਿਆਰ ਕਰਨਗੇ ਲੋਕ ਪਰ ਜਿਵੇਂ ਆਪਣੇ ਆਪ 'ਤੇ ਆਪਾਂ ਲਾ ਕੇ ਦੇਖਦੇ ਹਾਂ ਕਿ ਜੋ ਆਪਣੀ ਲਾਈਫ ਦੇ ਵਿੱਚ ਆਪਾਂ ਸੋਚਦੇ ਹਾਂ ਆਪਣਾ ਨੇਚਰ ਹੈ ਨਾ ਕਿ ਮਾੜੇ ਦਿਨਾਂ ਦੇ ਵਿੱਚ ਡੋਲਣਾ ਨਹੀਂ ਹੈਗਾ ਜੀ ਅਤੇ ਐਵੇਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਅਤੇ ਉਹ ਚੀਜ਼ ਲੋਕ ਜ਼ਿਆਦਾ ਪਸੰਦ ਕਰਦੇ ਨੇ ਮੈਨੂੰ ਲੱਗਦਾ ਅਤੇ ਤੁਸੀਂ ਆਪ ਵੀ ਲਿਖ ਲੈਂਦੇ ਹੋ ਕਿ ਆਪ ਥੋੜ੍ਹਾ ਬਹੁਤਾ ਲਿਖਦੇ ਹਾਂ ਪਰ ਉਹ ਹਾਲੇ ਮਤਲਬ ਕਿ ਟਰੈਕ ਨਹੀਂ ਬਣਾਇਆ ਹੈਗਾ ਹੌਲੀ ਹੌਲੀ ਕਰਾਂਗੇ ਸਰਪ੍ਰਾਈਜ਼ ਕੁਛ ਤਿਆਰ ਕੀਤੇ ਨੇ ਹਾਂਜੀ ਹੌਲੀ ਹੌਲੀ ਅਤੇ ਕੋਈ ਹੋਰ ਰੰਗ ਜੇ ਕੁਛ ਤੁਸੀਂ ਗਾਉਣਾ ਚਾਹੁੰਦੇ ਹੋ ਕੋਈ ਹੋਰ ਕੋਈ ਚੀਜ਼ ਕੋਈ ਵੀ ਹੋਰ ਮਤਲਬ ਕਿ ਕੋਈ ਵੀ ਤੁਸੀਂ ਤੁਹਾਡਾ ਏਅਰਪੋਰਟ ਗੀਤ ਆਇਆ ਬਹੁਤ ਸਰਦਾਰੀ ਗੀਤ ਆ ਬਹੁਤ ਜੋ ਵੀ ਗਾਣਾ ਜੀ
एयरपोर्ट गाने भी उही चीज़ सी क्योंकि वो कमरशियल इन्ना गाना नहीं सी जंग ढिलों ने लिखा है। हाँ जी तो भी बाकमाल कलम है पूरी इंडस्ट्री है ना माण करती है उसे जंग ढिलों भी का भी गाना जिमें एक सच्चाई है ये सच्चाई है बिल्कुल है ना कि एक विछोड़े की गल की जा रही है क्योंकि अज के टाइम के जिन्ना कमरशियल युग हो गया होया लोग कहते हैं कि सानू इंटरटेनमेंट इंटरटेनमेंट तो इंटरटेनमेंट ही चाहिए तो पर इस गाने लोगों ने कले बैठ के सुन मतलब कि सुनने वाला गाना है ये नहीं है तो गड्डिया नहीं वजदा दिखेगा तो डीजे तो नहीं वजदा दिखेगा ये उदों वजूगा ज ये जदों कोई जा रहा होगा अपने परिवार तो दूर गाना ये भी बहुत मकबूल होगा। हाँ जी हाँ जी कुछ बोल थोड़े ना जी जी हूँ कदे माँ याद आउंदी कदे प्यो याद आउंदा मेरे पिंड च किन्ना सी मेरा त्यो याद आउंदा उत्थे किलियां दे मालकानू पेंदे ने जी दर दर कम लबने एयरपोर्ट तक जांदे लोकी रोंदे सोखे नहीं हो पिंड छड़ने ओ जी मैं चाहूंगा होर एक 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 दो होर पैरे ये हो जाना हो मेरे रुकदे नी हंजू मुहों आखिया नी जांदा जहाज दी बारी चो बाहर झाकिया नी जांदा पैंदा दिल समझाउणा जंग ढिलों झंडे जे तरक्की आले गड्डने एयरपोर्ट तक जांदे लोकी रोंदे सोखे नहीं हो पिंड छड्डने। जे तुहानूं मैं निजी तौर ते पुछां हां जी किहड़ा गाना गा जिहड़ा मन नूं सुकून दिंदा चलो हिट होना ना होना वो एक होर गल आ एक होर सैटिस्फैक्शन एक होर एहसास आ एक होर चीज़ का पर किहड़ा तुहानूं मन नूं सुकून दिंदा भी जां मापिआं ने कदे कहा जां रिश्तेदारां ने भी हाँ भी मेरा अपना गाना हाँ वैसे तो सारी जिदा पसंद ही होंगे ने है ना बाकी चढ़दी कला गाना सब तो ज्यादा चढ़दी हाँ जो तो मैं परसनली कितने आना जाना होंगे तो वह गाना जरूर मैं सवेरे जो घर तो निकलने पहले बाबे का नाम लैके गुरबाणी सुन के तो पहला गाना मैं उ सुनता हूँ बाकी अगर मैं अपने गाने की गल करा बाकी नहीं तो सारी गाने बड़े गाने ने जड़े है ना होर भी नाल दे बाकी वो गाना एदा हां पक्खी भी आ हां पक्खी हां हां जी हां जी हां जी किते भी तुसी जाना थोड़ा मन किते डोल रहा या कुछ थोनू लग रहा भी अज यार ए नहीं होऊगा या लाइफ दे विच कुछ घाटा वादा चल रहा था वो ए गाना कहंदा कि कोई चक्कर नहीं चक दांगे गल किसी नौजवान दा जां किसी होर दा थोनू उस गाने तो बाद कोई एहो जा कोई फोन कॉल जां किसी ने कुछ कहा होवे भी जिहड़ी चीज थोड़े सीने दे विच होवे भी हां आ गल याद आ। हाँ जी हाँ जी कई जिदा इंस्टाग्राम से भी मैसेज आते रहते हैं तो भी एक वीर सी ओदा मतलब कि शायद वीज़ा नहीं सीगा अप्रूवल हो रहा क्योंकि एयरपोर्ट गाना उन्हें सुनिया सीगा एयरपोर्ट के कुछ दर्द की सी पर जो उन्हें चढ़दी गला गाना सुनिया है ना तो उस चीज़ तो बड़ा प्र मतलब कि उन्होंने ये होया कि कोई चक्कर नहीं वीरे मतलब कि उन्हें मैंने कहा कहता भीरे मेरे ना तीन चार साल हो गए थे तो मेरे घर का मतलब कि सारा कुछ ही एक तरह का लग गया इस दा तो लग गया बाहर जाने के चक्कर के पर कहता फिर भी अज मैं मोटीवेट होया तो चढ़दी कला गाना सुन के तो हूँ मैं इत्थे कहता काम कर रहा जिम ट्रेनर सीगा वैसे हाँ जी तो हूँ क्योंकि अपने नौजवानों की वैसे ही सोच चल गई हुई कि आप बाहर जाना आप देखते ही हाँ कि समाज के हो रहा बाकी साड़ी हूँ रब ने ड्यूटी लाई हुई कि आप ਗਾਣਿਆਂ ਦੇ ਨਾਲ ਮੋਟੀਵੇਟ ਕਰਨਾ ਜਾਂ ਅਤੇ ਇਸ ਤਰੀਕੇ ਦੇ ਨਾਲ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਕਮਰਸ਼ੀਅਲ ਪਾਸੇ ਜਾਂਦੇ ਹਾਂ ਹਾਂਜੀ ਬਹੁਤ ਸਾਰੇ ਐਂਗਲ ਹੋ ਜਾਂਦੇ ਆ ਕੁੜੀ ਮੁੰਡੇ ਦੀ ਗੱਲ ਹੁੰਦੀ ਆ ਹਥਿਆਰਾਂ ਦੀ ਗੱਲ ਹੁੰਦੀ ਆ ਬਹੁਤ ਸਾਰਾ ਵੀਡੀਓ ਨੂੰ ਲੈ ਕੇ ਵੀ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ ਵੀ ਨੰਗੇ ਦਿਖਾ ਰਹੇ ਆ ਇੱਦਾਂ ਦੀਆਂ ਚੀਜ਼ਾਂ ਹਾਲਾਂਕਿ ਹਜੇ ਹੁਣ ਘਟਿਆਗਾ ਹੁਣ ਬਹੁਤ ਫਰਕ ਪਿਆ ਹੈਗਾ ਖਾਸ ਕਰਕੇ ਕਿਸਾਨੀ ਅੰਦੋਲਨ ਤੋਂ ਬਾਅਦ ਲੋਕਾਂ ਦਾ ਜਿਹੜਾ ਸੁਣਨ ਦਾ ਜਾਂ ਉਸ ਹਿਸਾਬ ਨਾਲ ਚੀਜ਼ਾਂ ਚੇਂਜ ਹੋਣਾਂ ਕਲਾਕਾਰਾਂ ਨੇ ਵੀ ਬਦਲਿਆ ਤੁਸੀਂ ਇਸ ਚੀਜ਼ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਉਹ ਕਿ ਟੀਮ ਉਹ ਵੀ ਡਿਸਾਈਡ ਕਰਦੀ ਹੈ ਵੀ ਨਹੀਂ ਆਪਾਂ ਆਹ ਚੀਜ਼ ਨਹੀਂ ਕਰਨੀ ਐਂ ਨਹੀਂ ਕਰਨੀ ਅਸਲ ਦੇ ਵਿੱਚ ਸਾਡਾ ਪਹਿਲੀ ਮਤਲਬ ਕਿ ਅਗਰ ਮੈਂ ਆਪਣੇ ਪਰਸਨਲੀ ਨੇਚਰ ਦੀ ਗੱਲ ਕਰਾਂ ਮੈਂ ਜਦੋਂ ਕਿਸਾਨੀ ਅੰਦੋਲਨ ਤੋਂ ਪਹਿਲਾਂ ਵੀ ਸਾਡੇ ਗਾਣੇ ਜਿਹੜੇ ਮੇਰੇ ਗਾਣੇ ਹੁੰਦੇ ਸੀਗੇ ਜਾਂ ਅਸੀਂ ਟੀਮ ਬੈਠ ਕੇ ਡਿਸਾਈਡ ਕਰਦੀ ਸੀਗੀ ਇੱਕ ਪਰਿਵਾਰਕ ਤੌਰ 'ਤੇ ਸੁਣਨ ਵਾਲੇ ਗਾਣੇ ਹੁੰਦੇ ਸੀਗੇ ਉਸ ਤੋਂ ਪਹਿਲਾਂ ਵੀ ਅਗਰ ਗਾਣੇ ਕਾਫੀ ਆਏ ਨੇ ਤਾਂ ਯਾਰੀ ਜ਼ਿੰਦਾਬਾਦ ਉਹ ਵੀ ਪਰਿਵਾਰ ਦੇ ਵਿੱਚ ਆਪਾਂ ਆਪਣੀਆਂ ਘਰ ਦੇ ਵਿੱਚ ਬੈਠ ਕੇ ਸੁਣ ਸਕਦੇ ਹਾਂ ਇੱਕ ਦੂਜੇ ਨਾਲ ਬਾਕੀ ਸਾਰੀ ਜਿੱਦਾਂ ਕਰੀ ਜਾਂਦੇ ਨੇ ਕੁਛ ਗੱਲਾਂ ਬਾਤਾਂ ਚੱਕਵੀਆਂ ਵੀ ਆਉਂਦੀਆਂ ਨੇ ਤੁਹਾਨੂੰ ਪਤਾ ਹੀ ਹੈ ਨਾ ਅੱਜ ਕੱਲ੍ਹ ਕੀ ਚੱਲ ਰਿਹਾ ਉਹ ਵੀ ਆਪਣੀ ਜਗ੍ਹਾ ਆਪਣੀ ਫਰਜ਼ ਨਿਭਾ ਰਹੇ ਨੇ ਕਿਉਂਕਿ ਉਹਨਾਂ ਨੂੰ ਵੀ ਸੁਣਨ ਵਾਲੇ ਬਹੁਤ ਨੇ
ਉਹਨਾਂ ਦੀ ਵੀ ਮਾਰਕੀਟ ਹੈ ਤਾਂ ਹੀ ਉਹ ਗਾਣੇ ਕਰ ਰਹੇ ਨੇ ਉਹ ਤੁਸੀਂ ਵੀ ਫਿਰ ਥੋੜਾ ਇਲੀਟ ਤੋਂ ਹਟ ਕੇ ਚੱਕਮਾ ਆ ਕਿ ਨਹੀਂ ਚੱਕਮੇ ਕੋਸ਼ਿਸ਼ ਕਰਾਂਗੇ ਪਰ ਉਨੀ ਕੁ ਕੋਸ਼ਿਸ਼ ਕਰਾਂਗੇ ਜਿਹੜੇ ਆਪਾਂ ਆਪਣੇ ਫੈਮਿਲੀ ਦੇ ਵਿੱਚ ਬੈਠ ਕੇ ਸੁਣ ਸਕੀਏ ਵੈਸੇ ਸਰ ਅੱਜ ਕੱਲ੍ਹ ਫੈਮਿਲੀਜ਼ ਵੀ ਓਪਨ ਮਾਈਂਡਡ ਹੋ ਗਈਆਂ ਨੇ ਸਾਰੇ ਚੱਕਮੇ ਗਾਣੇ ਸਾਹਿਬ ਨਾਲ ਬੈਠ ਕੇ ਸੁਣਦੇ ਨੇ ਜੀ ਅਤੇ ਇੰਟਰਟੇਨਮੈਂਟ ਜਿੱਥੇ ਇੰਟਰਟੇਨਮੈਂਟ ਦੀ ਗੱਲ ਆ ਜਾਵੇ ਉੱਥੇ ਫਿਰ ਮਤਲਬ ਕਿ ਥੋੜ੍ਹਾ ਖੁੱਲ੍ਹ ਕੇ ਗੱਲਬਾਤ ਕਰਨੀ ਪੈਂਦੀ ਹੈ ਅਤੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਜੋ ਸਾਡਾ ਸਮਾਜ ਜਿੱਥੇ ਅਸੀਂ ਵਿਚਰਦੇ ਹਾਂ ਰੋਜ਼ ਅਸੀਂ ਉਹਨਾਂ ਦੇ ਅਕੋਰਡਿੰਗ ਅਸੀਂ ਗਾਣੇ ਕਰ ਸਕੀਏ ਅਸੀਂ ਆਪਣੇ ਪੰਜਾਬ ਦੀ ਗੱਲ ਕਰ ਸਕੀਏ ਜੀ ਪੰਜਾਬ ਦੀਆਂ ਆਮ ਜੋ ਘਰਾਂ ਦੀਆਂ ਗੱਲਾਂ ਨੇ ਅਤੇ ਫਿਰ ਤੁਸੀਂ ਪੜ੍ਹਦੇ ਵੀ ਹੋ ਕੁਛ ਹਾਂਜੀ ਹਾਂਜੀ ਲਿਟਰੇਚਰ ਵਗੈਰਾ ਪੜ੍ਹਦੇ ਰਹਿੰਦੇ ਨਰਿੰਦਰ ਸਿੰਘ ਕਪੂਰ ਉਹਨਾਂ ਦੀਆਂ ਕੁਛ ਕਿਤਾਬਾਂ ਅਤੇ ਕੁਝ ਹੋਰ ਕਾਫੀ ਲਿਟਰੇਚਰ ਦੇ ਨਾਲ ਵੈਸੇ ਪਿਆਰ ਪਹਿਲਾਂ ਨਹੀਂ ਸੀਗਾ ਹੁਣ ਮੈਂ ਬਹੁਤ ਮਤਲਬ ਕਿ ਮੇਰਾ ਰਿਸ਼ਤਾ ਬਣ ਰਿਹਾ ਹੌਲੀ ਹੌਲੀ ਕਿਉਂਕਿ ਪਹਿਲਾਂ ਮੈਂ ਭੰਗੜੇ ਦੇ ਵਿੱਚ ਬੋਲੀਆਂ ਪਾਉਂਦੇ ਸੀਗੇ ਅਤੇ ਉਹਦੇ ਵਿੱਚ ਹੀ ਕਿਉਂਕਿ ਯਾਰੀ ਦੋਸਤੀ ਦੇ ਵਿੱਚ ਬੜਾ ਟਾਈਮ ਵਧੀਆ ਜ਼ਿੰਦਗੀ ਲੰਘ ਰਹੀ ਸੀ ਸੁਣਾਓ ਫਿਰ ਕੋਈ ਬੋਲੀ ਬੋਲੀ ਜ਼ਰੂਰ ਜ਼ਰੂਰ ਇੱਕ ਦੋ ਬੋਲੀ ਇੱਕ ਨਾ ਪੁਰਾਣੀ ਜਿਵੇਂ ਪੂਰੀ ਆਪਣੀ ਫੋਕ ਬੋਲੀ ਹੈ ਰਾਇਆ 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 ਰਾਹੇ ਰਾਹੇ ਜਾਂਦੀ ਨੂੰ ਮੈਨੂੰ ਰਾਹ ਚੋਂ ਗੁਲਗੁਲਾ ਥਿਆਇਆ ਨੀ ਅੱਧਾ ਮੈਂ ਆਪ ਖਾ ਲਿਆ ਹੋ ਅੱਧਾ ਮੈਂ ਆਪ ਖਾ ਲਿਆ ਅੱਧਾ ਜੱਟ ਦੇ ਹੱਥ ਫੜਾਇਆ ਵੀ ਜੱਟ ਨੇ ਨਾ ਕਰਤੀ ਹੋ ਜੱਟ ਨੇ ਨਾ ਕਰਤੀ ਮੈਂ ਖਿੱਚ ਕੇ ਲਫੇੜਾ ਲਾਇਆ ਵੀ ਜੱਟ ਤਾਂ ਗੁੱਸਾ ਕਰ ਗਿਆ ਹੋ ਜੱਟ ਤਾਂ ਗੁੱਸਾ ਕਰ ਗਿਆ ਸਾਰੀ ਰਾਤ ਨਾ ਆਇਆ ਨਾਈਆਂ ਦੀ ਖੁਰਲੀ ਵਿੱਚੋਂ ਡੱਕਰੇ ਚੂਪਦਾ ਥਿਆਇਆ ਨਾਈਆਂ ਦੀ ਖੁਰਲੀ ਵਿੱਚੋਂ ਡੱਕਰੇ ਚੂਪਦਾ ਥਿਆਇਆ ਨਾਈਆਂ ਦੀ ਖੁਰਲੀ ਵਿੱਚੋਂ ਜਿਵੇਂ ਤੁਸੀਂ ਬੋਲੀ ਇਹ ਬੋਲੀ ਤੋਂ ਹੀ ਮੇਰਾ ਯਾਦ ਆ ਗਿਆ ਤੁਹਾਡੇ ਇੱਕ ਦੋ ਗਾਣੇ ਅਸੀਂ ਆਉਂਦੇ ਹੋਏ ਗੱਡੀ 'ਚ ਸੁਣ ਰਹੇ ਸੀ ਹਾਂਜੀ ਜੱਟ ਸ਼ਬਦ ਨੂੰ ਲੈ ਕੇ ਜਾਂ ਇਸ ਚੀਜ਼ ਨੂੰ ਲੈ ਕੇ ਜਿਹੜਾ ਜੱਟਵਾਦ ਚੀਜ਼ ਆ ਬਹੁਤ ਸਾਰੀਆਂ ਇਸ ਨੂੰ ਲੈ ਕੇ ਕਿੰਤੂ ਪਰੰਤੂ ਬਹੁਤ ਸਾਰਾ ਹੁਣ ਤੁਹਾਨੂੰ ਲੱਗਦਾ ਵੀ ਜਿਵੇਂ ਅਸੀਂ ਪਿੱਛੇ ਜਿਹੇ ਇੱਕ ਲਿਖਾਰੀ ਨਾਲ ਇੰਟਰਵਿਊ ਕੀਤਾ ਸੀ ਉਹਨਾਂ ਨੇ ਕਿਹਾ ਸੀ ਇਹ ਬਹੁਤ ਬੜੀ ਖਤਰਨਾਕ ਚੀਜ਼ ਆਪਣੇ ਸਮਾਜ ਦੇ ਵਿੱਚ ਜਿਹੜਾ ਧੌਣ ਦੇ ਵਿੱਚ ਕਿੱਲਾ ਹੈਗਾ ਜੱਟਵਾਦ ਵਾਲਾ ਇਹ ਚੀਜ਼ਾਂ ਨੂੰ ਲੈ ਕੇ ਵੀ ਤੁਸੀਂ ਜ਼ਿਆਦਾ ਉਹ ਹੁੰਦੇ ਹੋ ਸੋਚਦੇ ਹੋ ਵੀ ਹਾਂ ਇਹ ਚੀਜ਼ਾਂ ਕਿਵੇਂ ਚੱਲਣੀਆਂ ਚਾਹੀਦੀਆਂ ਚਲੋ ਠੀਕ ਹੈ ਕਲਚਰ ਦਾ ਹਿੱਸਾ ਹੈਗਾ ਬਹੁਤ ਪਹਿਲਾਂ ਤੋਂ ਜੱਟਾਂ 'ਤੇ ਇੱਕ ਨਹੀਂ ਜੱਟਾਂ 'ਤੇ ਕਈ ਅਨੇਕਾਂ ਹੀ ਗਾਣੇ ਆ ਚੁੱਕੇ ਆ ਹਾਂਜੀ ਹਾਂਜੀ ਹਾਂ ਹਾਂ ਪੱਖੀ ਨਾ ਪੱਖੀ ਤੁਸੀਂ ਇਸ ਚੀਜ਼ ਨੂੰ ਲੈ ਕੇ ਸੋਚਦੇ ਹੋ ਕਿ ਨਹੀਂ ਉੱਧਰ ਨਹੀਂ ਹੋਵੇ ਧਿਆਨ ਵੈਸੇ ਦੇਖਿਆ ਜਾਵੇ ਇੰਟਰਟੇਨਮੈਂਟ ਅਗਰ ਆਪਾਂ ਗੱਲ ਕਹੀਏ ਤਾਂ ਇਹ ਤਾਂ ਇੱਕ ਛੋਟੀ ਗੱਲ ਹੈ ਵੀ ਆਪਾਂ ਅਗਰ ਜੱਟ ਵਰਡ ਨੂੰ ਜ਼ਿਆਦਾ ਯੂਜ਼ ਕਰ ਰਹੇ ਹਾਂ ਇਸ ਤੋਂ ਹੋਰ ਵੀ ਮੁੱਦੇ ਬਹੁਤ ਨੇ ਬੰਦੂਕਾਂ ਵਾਲਾ ਮੁੱਦਾ ਹੈ ਪਹਿਲੇ ਨਸ਼ਿਆਂ ਵਾਲਾ ਮੁੱਦਾ ਸੀ ਹੁਣ ਤਾਂ ਨਸ਼ਿਆਂ ਵਾਲਾ ਬਿਲਕੁਲ ਘੱਟ ਹੀ ਹੋ ਗਿਆ ਹੋਰ ਮੁੱਦੇ ਬਹੁਤ ਨੇ ਬਾਕੀ ਜਿੱਥੇ ਜੱਟ ਦੀ ਗੱਲ ਆ ਉੱਥੇ ਮਤਲਬ ਕਿ ਜੱਟ ਸ਼ਬਦ ਇੱਕ ਐਸਾ ਸ਼ਬਦ ਹੈ ਕਿ ਆਪਾਂ ਗਾਣੇ ਦੇ ਵਿੱਚ ਉਸ ਚੀਜ਼ ਨੂੰ ਵਧੀਆ ਪ੍ਰਭਾਵ ਆਪਣਾ ਵਧੀਆ ਛੱਡਦਾ ਜੱਟ ਸ਼ਬਦ ਅਤੇ ਬਾਕੀ ਐਵੇਂ ਆ ਜੱਟ ਆਪਣੇ ਹੁੰਦੇ ਵੀ ਘੈਂਟ ਨੇ ਇਹ ਕੁਝ ਦੋ ਰਾਏ ਹੈ ਨਹੀਂ ਇਹਦੇ ਵਿੱਚ ਮਤਲਬ ਤੁਸੀਂ ਸਿਰਫ ਇੰਟਰਟੇਨਮੈਂਟ ਲਈ ਹਾਂਜੀ ਹਾਂਜੀ ਅਤੇ ਜੇ ਦੂਸਰੇ ਪੱਖ ਤੋਂ ਦੇਖਦੇ ਹਾਂ ਹੁਣ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕੁਛ ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ ਜਾਂ ਇੱਦਾਂ ਦੀਆਂ ਚੀਜ਼ਾਂ ਜਾਂ ਇਹ ਚੀਜ਼ ਸਾਹਮਣੇ ਨਿਕਲ ਕੇ ਆਉਂਦੀ ਵੀ ਇੰਡਸਟਰੀ ਦੇ ਕਿਸੇ ਕਲਾਕਾਰਾਂ ਨੂੰ ਧਮਕੀਆਂ ਮਿਲ ਰਹੀਆਂ ਜਾਂ ਇੱਦਾਂ ਦੀਆਂ ਕੁਛ ਚੀਜ਼ਾਂ ਹੁੰਦੀਆਂ ਗੀਆਂ ਉਸ ਨੂੰ ਲੈ ਕੇ ਫਿਰ ਮਾਪੇ ਚਿੰਤਿਤ ਹੁੰਦੇ ਨੇ ਜਾਂ ਆਪ ਨੂੰ ਕਦੇ ਹੁੰਦਾ ਵੀ ਯਾਰ ਐਂ ਨਹੀਂ ਹੋਣਾ ਚਾਹੀਦਾ ਵੀ ਇਹ ਤਾਂ ਕਲਾ ਦਾ ਖੇਤਰ ਆ ਇੱਦਾਂ ਦੀਆਂ ਗੱਲਾਂ ਨਹੀਂ ਹਾਂਜੀ ਹਾਂਜੀ ਚਿੰਤਾ ਦਾ ਵਿਸ਼ਾ ਤਾਂ ਦੇਖੋ ਹਰੇਕ ਘਰ ਦੇ ਵਿੱਚ ਇਹ ਚਿੰਤਾ ਦਾ ਵਿਸ਼ਾ ਹੈ ਜੀ ਹੈ ਨਾ ਜੀ ਅਤੇ ਬਾਕੀ ਜਦੋਂ ਘਰਦਿਆਂ ਵੱਲੋਂ ਜ਼ਰੂਰ ਹੁੰਦੀ ਹੈ ਕਿ ਇੰਨੀਆਂ ਤਰੱਕੀਆਂ ਦਾ ਵੀ ਕੀ ਜਦੋਂ ਤੁਹਾਡੀ ਲਾਈਫ ਹੀ ਹੈ ਨਾ ਪਰ ਇੱਕ ਗੱਲ ਇਹ ਵੀ ਸੋਚਣੀ ਚਾਹੀਦੀ ਕਿ ਜੋ ਸਿੱਧੂ ਮੂਸੇਵਾਲਾ ਵੀਰ ਆਪਣੇ ਜਿੰਨੇ ਵੀ ਟਾਈਮ ਦੇ ਉਹਦਾ ਟਾਈਮ ਪੀਰੀਅਡ ਸੀਗਾ ਇੱਕ ਬਹੁਤ ਵਧੀਆ ਹੈ ਨਾ ਜੋ ਉਹਨੇ ਟਾਈਮ ਪੀਰੀਅਡ ਦੇ ਵਿੱਚ ਕਰ ਗਿਆ ਮਤਲਬ ਕਿ ਮੈਨੂੰ ਨਹੀਂ ਲੱਗਦਾ ਕਿ ਹੋਰ ਕਿੰਨੇ ਹੀ ਸਿੰਗਰ ਨੇ ਕਿੰਨੇ ਟਾਈਮ ਤੋਂ ਲੱਗੇ ਹੋਏ ਨੇ ਜੀ ਅਤੇ ਉਹਨਾਂ ਨੇ ਗਾਣਿਆਂ ਦੇ ਵਿੱਚ ਓਨੀ ਪ੍ਰਸਿੱਧੀ ਹਾਸਲ ਕੀਤੀ ਹੋਵੇ ਅਤੇ ਯੂਥ ਨੂੰ ਓਨਾ ਮੋਟੀਵੇਟ ਕੀਤਾ ਹੋਵੇ ਜੋ ਉਹਨੇ 5-10 ਸਾਲ ਦੇ ਵਿੱਚ ਜਿੰਨਾ ਵੀ ਟਾਈਮ ਉਹਨੇ ਕੀਤਾ ਹੈ ਨਾ ਅਤੇ ਬਾਕੀ ਇਹ ਗੱਲ ਦਾ ਮਲਾਲ ਪੰਜਾਬੀਆਂ ਨੂੰ ਅਤੇ ਪੰਜਾਬ ਨੂੰ ਸਾਰੀ ਜ਼ਿੰਦਗੀ ਅੱਗੇ ਯੁੱਗਾ ਯੁੱਗਾ ਤੱਕ ਰਹੂਗਾ ਕਿ ਇੱਕ ਉਹ ਰੂਹ ਸਾਡੇ ਤੋਂ ਵਿਛੜ ਗਈ ਹੈ ਕਿ ਜਿਹਨੇ ਹਾਲੇ ਪੰਜਾਬੀਆਂ ਨੂੰ ਅਤੇ ਪੰਜਾਬ ਨੂੰ ਯੂਥ ਨੂੰ ਹੋਰ ਮੋਟੀਵੇਟ ਕਰਨਾ ਸੀਗਾ ਬਹੁਤ ਨਵੀਂ ਸੋਚ ਦੇ ਵੱਲ ਲੈ ਕੇ ਜਾਣਾ ਸੀਗਾ ਤੁਸੀਂ ਕਦੇ ਨਿੱਜੀ ਤੌਰ 'ਤੇ ਮਿਲੇ ਮੈਂ ਨਿੱਜੀ ਤੌਰ 'ਤੇ ਮਿਲਿਆ ਨਹੀਂ ਸੀਗਾ ਮੇਰੀ ਇੱਕ ਵਾਰੀ ਫੋਨ 'ਤੇ ਗੱਲ ਜ਼ਰੂਰ ਹੋਈ ਸੀਗੀ ਅਤੇ ਵੀਰ ਨੇ ਉਹੀ ਮੋਟੀਵੇਟ ਪੂਰਾ ਕੀਤਾ ਕਹਿੰਦੇ ਚੱਕ ਕੇ ਰੱਖੋ ਕੰਮ ਵੀਰੇ ਬਹੁਤ ਸੋਹਣਾ ਮਤਲਬ ਕਿ ਇੱਕ ਵਾਰੀ ਇਹ ਵੀ ਸ਼ਾਇਦ ਲੁਧਿਆਣੇ ਕਾਲਜ ਦੇ ਵਿੱਚ ਮੂਸੇਵਾਲਾ ਵੀਰ ਬੋਲੀਆਂ ਪਾਉਂਦਾ ਸੀ ਅਤੇ ਉਦੋਂ ਮੈਂ ਮਹਿੰਦਰਾ ਕਾਲਜ ਦੇ ਵਿੱਚ ਬੋਲੀਆਂ ਪਾਉਂਦਾ ਸੀ ਅਤੇ ਉਹਦੇ ਕਰਕੇ ਥੋੜ੍ਹਾ ਪਹਿਲਾਂ ਦਾ ਸਰਕਲ ਜਾਣਦੇ ਸੀਗੇ ਇੱਕ ਦੂਜੇ ਨੂੰ ਜੀ ਅਤੇ ਬਟ ਹੁਣ ਜਿਵੇਂ ਓਬਵੀਅਸਲੀ ਜਦੋਂ ਇੱਕ
ਤੁਸੀਂ ਸੈਲੀਬ੍ਰਿਟੀ ਬਣ ਜਾਂਦੇ ਹੋ ਤਾਂ ਤੁਹਾਡੇ ਤੇ ਜ਼ਿੰਮੇਵਾਰੀਆਂ ਤੇ ਬਿਜ਼ੀ ਬਹੁਤ ਹੋ ਜਾਂਦੇ ਹੋ ਤੇ ਉਦੋਂ ਫਿਰ ਉਹ ਤੋਂ ਬਾਅਦ ਕਦੇ ਗੱਲ ਨਹੀਂ ਹੋਈ ਪਰ ਉਦੋਂ ਜਦੋਂ ਇੱਕ ਵਾਰੀ ਫੋਨ ਤੇ ਗੱਲ ਜ਼ਰੂਰ ਹੋਈ ਸੀ ਇਕਵਿੰਦਰ ਵੀਰ ਕੋਲ ਮਿਊਜ਼ਿਕ ਸਟੂਡੀਓ ਦੇ ਵਿੱਚ ਬੈਠੇ ਸੀਗੇ ਤੇ ਉਦੋਂ ਵੀਰ ਨੇ ਪੂਰਾ ਹੌਸਲਾ ਅਫਜ਼ਾਈ ਕੀਤੀ ਕਹਿੰਦੇ ਵੀ ਬਹੁਤ ਵਧੀਆ ਵੀਰੇ ਖਿੱਚ ਕੇ ਰੱਖੋ ਕੰਮ ਤੇ ਜੇ ਹੁਣ ਘਰ ਵਾਲੇ ਪੱਖ ਤੋਂ ਗੱਲ ਕਰਦੇ ਆ ਘਰ ਵਾਲੇ ਖੁਸ਼ ਨੇ ਤੁਹਾਡੇ ਹਾਂਜੀ ਹਾਂਜੀ ਗੱਲਬਾਤ ਹਾਂਜੀ ਹਾਂਜੀ ਤੇ ਪ੍ਰੋਗਰਾਮ ਵਗੈਰਾ ਪ੍ਰੋਗਰਾਮ ਆਈ ਜਾਂਦੇ ਨੇ ਭਾਜੀ ਵਧੀਆ ਕਿਉਂਕਿ ਹੁਣ ਪਸੰਦ ਕਰਦੇ ਨੇ ਲੋਕ ਸਾਰੇ ਤੇ ਤੁਸੀਂ ਖੁੱਲ ਕੇ ਗਾਉਣਾ ਪਸੰਦ ਕਰਦੇ ਹੋ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਵੀ ਅੱਜ ਦਾ ਜਿਹੜਾ ਕਲਾਕਾਰ ਆ ਬਹੁਤ ਘੱਟ ਨੇ ਜਿਹੜੇ ਸਿੱਖ ਕੇ ਆ ਰਹੇ ਨੇ ਜਾਂ ਜਿਨ੍ਹਾਂ ਦੀ ਉਹੋ ਜਿਹੀ ਆਵਾਜ਼ ਆ ਹਨਾ ਬਾਕੀ ਜ਼ਿਆਦਾ ਸੀੜੀਆਂ ਤੇ ਜਾਂ ਉਦਾਂ ਚੱਲਦਾ ਤੁਸੀਂ ਖੁੱਲ ਕੇ ਨਹੀਂ ਹੋਰਨਾਂ ਦਾ ਤਾਂ ਮੈਨੂੰ ਪਤਾ ਨਹੀਂ ਜਦੋਂ ਮੇਰਾ ਇਸ਼ਕ ਹੀ ਗਾਉਣਾ ਹੈ ਹਾਂ ਤੇ ਫਿਰ ਉੱਥੇ ਪਸੰਦ ਤੇ ਨਾ ਪਸੰਦ ਦੀ ਤਾਂ ਗੱਲ ਹੀ ਨਹੀਂ ਵਿਚੇ ਰਹਿ ਜਾਂਦੀ ਭਾਜੀ ਹੈ ਨਾ ਚਾਹੇ ਉਹ ਸਟੂਡੀਓ ਦੇ ਵਿੱਚ ਗਾਣਾ ਹੋਵੇ ਚਾਹੇ ਆਪਾਂ ਮਹਿਫਲ ਦੇ ਵਿੱਚ ਚਾਰ ਯਾਰ ਦਸ ਯਾਰ ਦੋਸਤ ਇਕੱਠੇ ਹੋਏ ਹੋਣ ਚਾਹੇ ਉਹ ਲਾਈਵ ਸਟੇਜ ਹੋਵੇ ਤੇ ਜਦੋਂ ਮੇਰਾ ਇਸ਼ਕ ਹੀ ਗਾਉਣਾ ਹੈ ਤੇ ਫਿਰ ਪਿੱਛੇ ਮਤਲਬ ਕਿ ਉੱਥੇ ਤਾਂ ਜਿੰਨਾ ਮਰਜ਼ੀ ਟਾਈਮ ਆਪਾਂ ਜਿਵੇਂ ਦਿਲ ਕਰਦਾ ਕਿ ਗਾਈ ਜਾਈਏ ਬਸ ਗਾਈ ਜਾਈਏ ਉਹੀ ਲਾਈਫ ਹੈ ਫਿਰ ਨਸ਼ਾ ਹੋ ਜਾਂਦਾ ਫਿਰ ਉਸ ਚੀਜ਼ ਦਾ ਇੱਕ ਤੁਹਾਨੂੰ ਜਿਸ ਚੀਜ਼ ਦਾ ਤੁਹਾਡਾ ਇਸ਼ਕ ਹੋਵੇ ਅਤੇ ਉਸ ਚੀਜ਼ ਦਾ ਜਿੰਨੀ ਮਰਜ਼ੀ ਉਹ ਰੂਹ ਦੀ ਖੁਰਾਕ ਹੁੰਦੀ ਜਿੰਨਾ ਮਰਜ਼ੀ ਤੁਸੀਂ ਕਰੀ ਆ ਉਹਦੇ ਨਾਲ ਰੂਹ ਨਹੀਂ ਭਰਦੀ ਫਿਰ ਉਹ ਜਿੰਨਾ ਆਪਾਂ ਮਤਲਬ ਕਿ ਉਸ ਚੀਜ਼ ਨੂੰ ਕਰੀ ਜਾਵਾਂਗੇ ਉਨਾ ਸਾਡੇ ਅੰਦਰ ਹੋਰ ਉਸ ਚੀਜ਼ ਦੀ ਵਧੂਗੀ ਕਿ ਆਪਾਂ ਹੋਰ ਕਰੀਏ ਹੋਰ ਕਰੀਏ ਹਾਂਜੀ ਤੇ ਆਪਣਾ ਲਿਖਿਆ ਕੁਛ ਸੁਣਾ ਸਕਦੇ ਹੋ ਤੁਸੀਂ ਸਾਨੂੰ ਆਪਣਾ ਲਿਖਿਆ ਹਾਲੇ ਮੈਨੂੰ ਲੱਗਦਾ ਨਹੀਂ ਕਿ ਮੈਂ ਮਤਲਬ ਕਿ ਮੈਂ ਉਨਾ ਕੁ ਵਧੀਆ ਲਿਖਿਆ ਕਿ ਲੋਕ ਪਸੰਦ ਕਰਨ ਵਾਹ ਵਾਹ ਕਰਨ ਹੈ ਨਾ ਲੋਕ ਬਾਕੀ ਜ਼ਰੂਰ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਸੁਣਾਵਾਂਗੇ ਏਕਮ ਜੀ ਇਤਿਹਾਸ ਨੂੰ ਲੈ ਕੇ ਇਤਿਹਾਸ ਵਾਲੇ ਪੱਖ ਤੋਂ ਜੇ ਕੋਈ ਗੀਤ ਹੋਵੇ ਤੁਹਾਡੇ ਜ਼ਿਹਨ ਦੇ ਵਿੱਚ ਇਤਿਹਾਸਕ ਅਸੀਂ ਇੱਕ ਧਾਰਮਿਕ ਗਾਣਾ ਕੀਤਾ ਸੀ ਕਿ ਜਿਹਨੂੰ ਬਹੁਤ ਮਕਬੂਲ ਕੀਤਾ ਲੋਕਾਂ ਨੇ ਜੀ ਅਤੇ ਕਿਉਂਕਿ ਸਾਡੇ ਇਤਿਹਾਸ ਦੇ ਵਿੱਚ ਉਹ ਯੋਧੇ ਹੋਏ ਨੇ ਉਹ ਜਰਨੈਲ ਹੋਏ ਨੇ ਜਿਨ੍ਹਾਂ ਦੀਆਂ ਫੋਟੋਆਂ ਵਾਈਟ ਹਾਊਸ ਦੇ ਵਿੱਚ ਵੀ ਲੱਗੀਆਂ ਹੋਈਆਂ ਨੇ ਹੈ ਨਾ ਅਤੇ ਅਸੀਂ ਵੀ ਕੋਸ਼ਿਸ਼ ਕੀਤੀ ਸੀ ਸੰਤ ਪਿੰਡਰਾਂ ਵਾਲਿਆਂ 'ਤੇ ਇੱਕ ਉਹਨਾਂ ਦੀ ਸੋਚ ਨੂੰ ਲੈ ਕੇ ਕਿਉਂਕਿ ਉਹਨਾਂ ਤੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਸਿੱਖਣ ਵਾਸਤੇ ਬਹੁਤ ਕੁਛ ਹੈਗਾ ਹੈ ਨਾ ਪੰਜਾਬੀਆਂ ਦੀ ਜੋ ਇੱਕ ਅਸੂਲਾਂ ਦੀ ਗੱਲ ਕਰਦੇ ਨੇ ਅਤੇ ਉਹ ਗਾਣਾ ਸੀ ਅੱਜ ਦੇ ਦੌਰ ਨੂੰ ਵੀ ਉਹ ਪ੍ਰਤੱਖ ਰੂਪ 'ਤੇ ਦੱਸਦਾ ਕਿ ਅੱਜ ਦੇ ਦੌਰ ਦੇ ਵਿੱਚ ਕੀ ਹੋ ਰਿਹਾ ਹੈ ਨਾ ਜੀ ਉਹ ਸਾੜੇ ਜਾਂਦੇ ਜਿਉਂਦੇ ਕਿਧਰੇ ਜਾਂਦੀ ਪੱਗ ਉਤਾਰੀ ਹੈ ਸਾਡੇ ਹੱਕ ਸਾਨੂੰ ਨਹੀਂ ਮਿਲਿਆ ਭਾਵੇਂ ਬਣ ਗਏ ਲੋ ਸਰਕਾਰੀ ਹੈ ਆਪਣੇ ਹੀ ਖਾ ਗਏ ਆਪਣਿਆਂ ਨੂੰ ਸੱਚ ਜਾਣਿਓ ਹਿਰਦਾ ਡੋਲ ਰਿਹਾ ਆ ਜਾ ਬਾਬਾ ਤੀਰ ਵਾਲਿਆ ਦਰਦ ਸਿੰਘਾਂ ਦਾ ਬੋਲ ਰਿਹਾ ਆ ਜਾ ਬਾਬਾ ਤੀਰ ਵਾਲਿਆ ਦਰਦ ਸਿੰਘਾਂ ਦਾ ਬੋਲ ਰਿਹਾ ਇਹ ਕਿਹਨਾਂ ਨੇ ਲਿਖਿਆ ਸੀ ਕਿਹਨਾਂ ਦੀ ਕਲਮ 'ਚ ਹੋਇਆ ਇਹ ਜਗਵੰਤ ਜੰਤ ਦੀ ਕਲਮ 'ਚ ਸੀਗਾ ਹਾਂਜੀ ਅਤੇ ਇਹ ਕਦੋਂ ਪਿਛਲੇ ਸਾਲ ਇਹਨੂੰ ਹੋ ਗਈ 4-5 ਕੇ ਸਾਲ ਹੋ ਗਏ ਨੇ ਹਾਂਜੀ ਉਦੋਂ ਅਸੀਂ ਆਡੀਓ ਰਿਲੀਜ਼ ਕੀਤਾ ਸੀਗਾ ਅਤੇ ਕਿਉਂਕਿ ਆਪਾਂ ਨੂੰ ਇੱਕ ਪੋਜ਼ਿਟਿਵ ਤੌਰ 'ਤੇ ਉਹਨਾਂ ਸੰਤਾਂ ਨੇ ਬਹੁਤ ਕੰਮ ਕੀਤੇ ਨੇ ਜੇ ਹੈ ਨਾ ਕਿਉਂਕਿ ਆਪਾਂ ਇੱਕ ਕੰਟਰੋਵਰਸ਼ੀਅਲ ਤੌਰ 'ਤੇ ਨਹੀਂ ਇਸ ਚੀਜ਼ ਨੂੰ ਲੈ ਕੇ ਜਾ ਸਕਦੇ ਇਕੱਲੀ ਜੀ ਕਿਉਂਕਿ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਇੱਕ ਸੰਤ ਸਿਪਾਹੀ ਹੋਣ ਦਾ ਵੀ ਕਿਤਾਬ ਲਿਆ ਸੀ ਆਮ ਸੰਗਤਾਂ ਤੋਂ ਕਿ ਇਹ ਕਹਿ ਕੇ ਨਹੀਂ ਆਪਣੇ ਆਪਣੇ ਚਾਰ ਬੰਦਿਆਂ ਤੋਂ ਕਹਿ ਕੇ ਨਹੀਂ ਪਰ ਸਾਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਸੰਗਤਾਂ ਪੂਰੀ ਪਿਆਰ ਕਰਦੀਆਂ ਨੇ ਅੱਜ ਵੀ ਪਿਆਰ ਕਰਦੀਆਂ ਅਤੇ ਅੱਗੇ ਵੀ ਕਰਦੀਆਂ ਰਹਿਣਗੀਆਂ ਅਤੇ ਉਸ ਚੀਜ਼ ਤੋਂ ਅਸੀਂ ਪ੍ਰੇਰਿਤ ਹੋ ਕੇ ਇਹ ਗਾਣਾ ਕੀਤਾ ਸੀ ਆਡੀਓ ਆਉਣ ਵਾਲੇ ਸਮੇਂ 'ਚ ਵੀ ਇੱਦਾਂ ਦਾ ਕੋਈ ਚੀਜ਼ਾਂ ਪਲਾਨ ਜ਼ਰੂਰ ਜੀ ਅਗਰ ਬਾਬੇ ਨੇ ਮਤਲਬ ਕਿ ਕੁਛ ਸਬੱਬ ਬਣਾਇਆ ਤਾਂ ਜ਼ਰੂਰ ਐਵੇਂ ਦੀਆਂ ਚੀਜ਼ਾਂ ਪਲਾਨ ਕਰਾਂਗੇ ਜਿਹੜਾ ਇੱਕ ਤੁਹਾਡਾ ਸਰਦਾਰੀ ਗਾਣਾ ਉਹ ਜ਼ਰੂਰ ਹੋ ਜਾਵੇ ਹਾਂਜੀ ਹਾਂਜੀ ਹਾਂ ਹੋ ਸੱਚ ਕਹਿਣਾ ਏ ਸੁਭਾਅ 'ਚ ਝੂਠ ਬੋਲਿਆ ਕਦੇ ਨਹੀਂ ਜੱਟ ਮਾੜੀ ਮੋਟੀ ਫੇਟੀ ਨਾ ਤਾਂ ਡੋਲਿਆ ਕਦੇ ਨਹੀਂ ਉਹ ਸਿਰ ਲੈਂਦਾ ਭਾਵੇਂ ਲੈ ਜੇ ਗੱਲ ਵਿੱਚ ਕਿਵੇਂ ਰਹਿ ਜੇ ਲੈਂਦਾ ਭਾਵੇਂ ਲੈ ਜੇ ਗੱਲ ਵਿੱਚ ਕਿਵੇਂ ਰਹਿ ਜੇ ਕਿਰਾਂ ਚੱਕ ਲਈਏ ਜਿਹੜੀ ਜ਼ਿੰਮੇਵਾਰੀ ਬੱਲੀਏ ਉਹ ਸਾਨੂੰ ਗੱਡੀਆਂ 'ਤੇ ਲਿਖਣਾ ਨਹੀਂ ਪੈਂਦਾ ਸਰਦਾਰ ਸਾਡੇ ਕੰਮਾਂ ਵਿੱਚੋਂ ਬੋਲੇ ਸਰਦਾਰੀ ਬੱਲੀਏ ਸਾਡੇ ਕੰਮਾਂ ਵਿੱਚੋਂ ਬੋਲੇ ਸਰਦਾਰੀ ਬੱਲੀਏ ਜੀ ਤੁਹਾਡੇ ਸਾਰੀ ਚੜ੍ਹਦੀ ਕਲਾ ਵਾਲੇ ਚੜ੍ਹਦੀ ਕਲਾ ਸੀਗੇ ਹਾਂਜੀ ਅਤੇ ਕਦੇ ਕੋਈ ਇੱਦਾਂ ਹੋਇਆ ਕੋਈ ਗੀਤ ਨੂੰ ਲੈ ਕੇ ਜਾਂ ਕਿਸੇ ਨੇ ਕਿਹਾ ਹੋਵੇ ਜਾਂ ਮੈਸੇਜ ਆਇਆ ਹੋਵੇ ਜਾਂ ਘਰਦਿਆਂ 'ਚੋਂ ਕਿਸੇ ਨੇ ਕਿਹਾ ਹੋਵੇ ਵੀ ਇਹ ਕੰਮ ਇਹ ਨਹੀਂ ਤੈਨੂੰ ਐਂ ਨਹੀਂ ਕਰਨਾ ਚਾਹੀਦਾ ਸੀ ਥੋੜ੍ਹਾ ਜਿਹਾ ਹੁਰੂ ਹੋ ਗਿਆ ਜਾਂ ਵੀਡੀਓ ਨੂੰ ਖਾਸ ਕਰਕੇ ਵੀਡੀਓ ਨੂੰ ਲੈ ਕੇ ਬਹੁਤ ਨੁਕਤਾਚੀਨੀਆਂ ਨਿਕਲਦੀਆਂ ਕੋਈ ਕੱਢੀ ਹੈ ਵੈਸੇ ਪਹਿਲਾਂ ਤੋਂ ਹੀ ਜਿੱਦਾਂ ਮੈਂ ਵੀ ਧਿਆਨ ਰੱਖਦਾ ਇਸ ਚੀਜ਼ ਦਾ ਕਿ ਕੋਈ ਐਵੇਂ ਦੀ ਮਤਲਬ ਕਿ ਨਾ ਕਹੇ ਅਤੇ ਸਾਡੀ ਟੀਮ ਵੀ ਬਹੁਤ ਇਸ ਚੀਜ਼ ਦਾ ਧਿਆਨ ਰੱਖਦੀ ਹੈ ਕਿਉਂਕਿ ਉਹ ਵੀ ਪਰਿਵਾਰਕ ਮਾਹੌਲ ਦੇ ਵਿੱਚ ਹੀ ਗਾਣੇ ਜਿੰਨੇ ਆਪਾਂ ਬਣਵਾਉਂਦੇ ਹਾਂ ਤਾਂ ਉਹ ਐਵੇਂ ਸਾਰੀ ਟੀਮ ਸਾਡੀ ਇਹ ਸੋਚਦੀ ਹੈ ਕਿ ਆਪਾਂ ਪਰਿਵਾਰਿਕ ਤੌਰ 'ਤੇ ਹੀ ਗਾਣੇ ਰਿਲੀਜ਼ ਕਰੀਏ ਜਿਨ੍ਹਾਂ ਨੂੰ ਸਾਰੀ ਪਸੰਦ ਹੀ ਕਰਨ
ਤੇ ਇਦਾਂ ਵੀ ਕੁਛ ਰਹਿੰਦਾ ਹੈ ਵੀ ਸਾਲ ਦੇ ਵਿੱਚ ਇੰਨੇ ਗੀਤ ਕਰਨੇ ਜਾਂ ਆ ਆ ਕਨਸੈਪਟ ਨੂੰ ਲੈ ਕੇ ਇੰਨੇ ਕਰਨੇ ਆਏ ਐਂ ਕੁਛ ਹੈਗਾ ਕਿ ਨਹੀਂ ਕੋਈ ਫਿਕਸ ਨਹੀਂ ਇਹ ਬਸ ਆਈ ਜਾਂਦੇ ਨੇ ਜੀ ਹੁਣ ਤੁਹਾਡੇ ਸਾਹਮਣੇ ਹੀ ਆ ਜੀ ਅੱਗੇ ਹੋਰ ਆਈ ਜਾਣਗੇ ਤੇ ਬਸ ਜੱਸ ਰਿਕਾਰਡ ਦਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਤੇ ਇੰਸਟਾਗ੍ਰਾਮ ਤੇ ਵੀ ਪਿਆਰ ਦਿੰਦੇ ਹੋ ਸਾਰੀ ਰੀਲਾਂ ਤੇ ਖਿੱਚ ਕੇ ਰੱਖਿਆ ਕਰੋ ਕੰਮ ਬਸ ਗਾਣੇ ਤਾਂ ਬਸ ਬਾਬੇ ਦੀ ਮਿਹਰ ਨਾਲ ਪੂਰੇ ਜੇ ਤੁਸੀਂ ਵਧੀਆ ਗਾਉਂਦੇ ਤਾਂ ਮੈਂ ਮੈਨੂੰ ਲੱਗਦਾ ਨਹੀਂ ਵੀ ਕਹਿਣ ਦੀ ਲੋੜ ਆ ਫਿਰ ਤਾਂ ਆਪੀ ਲੋਕਾਂ ਨੇ ਉਹ ਕਰ ਲੈਣਾ ਹੈਗਾ ਹਾਂਜੀ ਹਾਂਜੀ ਤੇ ਜੇ ਜਾਂਦੇ ਜਾਂਦੇ ਮੈਂ ਇੱਕ ਸਵਾਲ ਹੋਰ ਲੈਣਾ ਚਾਹੂੰਗਾ ਜੇ ਅੱਜ ਦੇਖਦੇ ਹੋ ਏਕਮ ਨੂੰ ਤੇ ਅੱਜ ਤੋਂ 5 ਸਾਲ ਨੂੰ ਤੁਸੀਂ ਕਿੱਥੇ ਕੋਈ ਸੁਪਨਾ ਹੁੰਦਾ ਹਰ ਬੰਦੇ ਦੇ ਸੁਪਨੇ ਹੁੰਦੇ ਜੀ ਅੱਜ ਤੋਂ 5 ਸਾਲ ਨੂੰ ਇੱਥੇ ਇਹ ਲੈਵਲ ਤੇ ਕੁਛ ਇਦਾਂ ਦਾ ਕੋਈ ਡ੍ਰੀਮ ਇਦਾਂ ਦਾ ਇਹ ਗੱਲ ਤਾਂ ਬਾਬੇ ਨਾਨਕ ਨੇ ਪਹਿਲੀ ਲਾਈਨ ਦੇ ਵਿੱਚ ਹੀ ਮੁਕਾਤੀ ਸੀ ਸੋਚੇ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਤੇ ਅੱਜ ਤੋਂ 5 ਸਾਲ ਪਹਿਲਾਂ ਸ਼ਾਇਦ ਮੈਂ ਸੋਚਿਆ ਨਹੀਂ ਸੀਗਾ ਕਿ ਗਾਣੇ ਇਸ ਤਰੀਕੇ ਦੇ ਨਾਲ ਆਉਣਗੇ ਤੇ ਆ ਕੇ ਵੀ ਇਸ ਤਰੀਕੇ ਨਾਲ ਪਸੰਦ ਕਰਨਗੇ ਲੋਕ ਤੇ ਹੈ ਨਾ ਵੀ ਹੁਣ ਅੱਜ ਵੀ ਤੁਹਾਨੂੰ ਦੱਸਿਆ ਅੱਜ ਗੱਡੀ 'ਚ ਆਉਂਦੇ ਨੇ ਮੁੰਡੇ ਨੇ ਰੋਕਿਆ ਕਹਿੰਦਾ ਵੀ ਬਾਈ ਤੁਸੀਂ ਏਕਮ ਜਨੋਲੀ ਹੋ ਮੈਂ ਕਿਹਾ ਹਾਂਜੀ ਵੀਰੇ ਤੇ ਇਹੀ ਪਿਆਰ ਹੁੰਦਾ ਇਹ ਸੋਚਿਆ ਨਹੀਂ ਸੀਗਾ ਅੱਜ ਤੋਂ 5 ਸਾਲ ਪਹਿਲਾਂ ਜਾਂ ਅੱਜ ਤੋਂ 2 ਸਾਲ ਪਹਿਲਾਂ ਵੀ ਬਸ ਇਸ਼ਕ ਹੈ ਪਿਆਰ ਪਿਆਰ ਹੈ ਗਾਣਿਆਂ ਦੇ ਨਾਲ ਗਾਇਕੀ ਦੇ ਨਾਲ ਪਿਆਰ ਕਰੀ ਜਾਂਦੇ ਹਾਂ ਗਾਇਕੀ ਦੇ ਨਾਲ ਬਾਕੀ ਪਿਆਰ ਲੋਕਾਂ ਦਾ ਸਾਰਿਆਂ ਦਾ ਮਿਲੀ ਜਾ ਰਿਹਾ ਅਤੇ ਮਤਲਬ ਕਿ ਅੱਜ ਤੋਂ 5 ਸਾਲ ਪਹਿਲਾਂ ਸ਼ਾਇਦ ਮੈਂ ਬੋਲੀਆਂ ਪਾਉਂਦਾ ਹੁੰਦਾ ਸੀਗਾ ਮਹਿੰਦਰਾ ਕੋਲ ਅਤੇ ਉੱਥੇ ਸਿਰਫ ਇਹੀ ਸੀਗਾ ਵੀ ਹਾਂ ਬੋਲੀਆਂ ਪਾ ਰਹੇ ਹਾਂ ਭੰਗੜੇ ਦੀ ਟੀਮ ਵਧੀਆ ਨੱਚ ਰਹੀ ਹੈ ਅਤੇ ਮੁੜ ਕੇ ਅੱਗੇ ਕੋਈ ਕੰਮ ਕਾਰ ਲੱਗ ਜਾਵਾਂਗੇ ਕੋਈ ਭਰਤੀ ਭੁਰਤੀ ਹੋ ਜਾਵਾਂਗੇ ਪੁਲਿਸ ਦੇ ਵਿੱਚ ਅਤੇ ਪਰ ਇਹ ਨਹੀਂ ਮਤਲਬ ਕਿ ਉਦੋਂ ਸੋਚਿਆ ਸੀਗਾ ਕਿ ਇੰਨਾ ਪਿਆਰ ਮਿਲੂਗਾ ਸਾਰਿਆਂ ਦਾ ਹੁੰਗਾਰਾ ਮਿਲੂਗਾ ਇਹ ਸੀਗਾ ਵੀ ਪੁਲਿਸ 'ਚ ਭਰਤੀ ਹੋਣਾ ਉਹ ਤਾਂ ਓਬਵੀਅਸਲੀ ਆਪਣੇ ਜੋ ਪੰਜਾਬ ਦੇ ਜੋ ਯੂਥ ਹੈ ਜਾਂ ਤਾਂ ਆਰਮੀ ਜਾਂ ਪੁਲਿਸ ਦੇ ਵਿੱਚ ਜਾਂ ਕੋਈ ਵਧੀਆ ਹੋਰ ਕੋਈ ਪੜ੍ਹ ਲਿਖ ਕੇ ਹੈ ਨਾ ਆਪਣੇ ਆਪਣੇ ਜੋ ਸਰਕਲ ਹੈ ਉਹਦਾ ਜੋ ਉਹਦੇ ਵਿੱਚ ਗੱਲਾਂ ਚੱਲਦੀਆਂ ਨੇ ਅਤੇ ਉਹਦੇ ਅਕੋਰਡਿੰਗ ਉਹ ਸੋਚਦਾ ਹੈ ਨਾ ਅਤੇ ਆਪਣਾ ਤਾਂ ਇਹੀ ਸੀਗਾ ਕੋਈ ਵਧੀਆ ਅਤੇ ਜਿਵੇਂ ਤੁਸੀਂ ਅੱਜ ਪਿੰਡ ਹੋ ਇੱਕ ਪਿੰਡ ਹੀ ਰਹਿੰਦਾ ਹੈਗਾ ਕਿ ਚੰਡੀਗੜ੍ਹ ਵਰਗੇ ਸ਼ਹਿਰ 'ਚ ਨਹੀਂ ਮੈਂ ਮਤਲਬ ਕਿ ਮਿਕਸ ਹੀ ਚੱਲਦਾ ਕੰਮ ਵੈਸੇ ਆਪਣਾ ਰੋਪੜ ਸ਼ਹਿਰ ਦੇ ਵਿੱਚ ਹੀ ਪੈ ਜਾਂਦਾ ਹੈ ਨਾ ਰਹਿਸ਼ ਅਤੇ ਉਹ ਤੋਂ ਬਾਅਦ ਜਦੋਂ ਕੰਮ ਹੁੰਦਾ ਹੈ ਤਾਂ ਉਦੋਂ ਚੰਡੀਗੜ੍ਹ ਮੋਹਾਲੀ ਉਦੋਂ ਤੁਹਾਨੂੰ ਪਤਾ ਜਾਣਾ ਹੀ ਪੈਂਦਾ ਪਰ ਮੈਂ ਪ੍ਰੈਫਰ ਕਰਦਾ ਜ਼ਿਆਦਾਤਰ ਮੈਂ ਆਪਣੀ ਫੈਮਿਲੀ ਦੇ ਨਾਲ ਹੀ ਰਹੀਏ ਅਤੇ ਉੱਥੇ ਕਿਉਂਕਿ ਉੱਥੇ ਹੁਣ ਮੋਹਾਲੀ ਵੀ ਹੁਣ ਮੁੰਬਈ ਵਾਂਗੂ ਮਹਾਂਨਗਰੀ ਬਣਦੀ ਜਾ ਰਹੀ ਹੈ ਹੁਣ ਮਹਾਂਨਗਰੀ ਬਣ ਗਈ ਅਤੇ ਹਾਂਜੀ ਅਤੇ ਮਹਾਂਨਗਰੀ 'ਚ ਰਹਿਣਾ ਖਤਰਨਾਕ ਹੈ ਇਹ ਡਿਪੈਂਡ ਕਰਦਾ ਤੁਹਾਡੀ ਆਪਣੀ ਸੋਚ 'ਤੇ ਹਾਂ ਤੁਸੀਂ ਲੋਕਾਂ ਦੇ ਨਾਲ ਤੁਸੀਂ ਆਪਣੇ ਸਾਰਿਆਂ ਦੇ ਨਾਲ ਕਿਵੇਂ ਵਿਚਰਦੇ ਹੋ ਤੁਸੀਂ ਪਿਆਰ ਨਾਲ ਰਹੋਗੇ ਤਾਂ ਲੋਕ ਵੀ ਤੁਹਾਡੇ ਨਾਲ ਪਿਆਰ ਨਾਲ ਰਹਿਣਗੇ ਤੁਸੀਂ ਇੱਜ਼ਤ ਦਿਓਗੇ ਜੀ ਕਹੋਗੇ ਤਾਂ ਲੋਕ ਵੀ ਜੀ ਕਹਿੰਦੇ ਨੇ ਬਾਕੀ ਹਰੇਕ ਦੀ ਆਪਣੀ ਹੁੰਦੀ ਕੋਈ ਤੁਹਾਡੇ ਕੋਈ ਕਈ ਵਾਰੀ ਵਾਲੀ ਹਵਾਜੀ ਕਰਨ ਵਾਲਾ ਵੀ ਮਿਲ ਜਾਂਦਾ ਮੁੜ ਕੇ ਉਹਨੂੰ ਹੱਸ ਰਹੀ ਕਰ ਕਿਉਂਕਿ ਅੱਜ ਦਾ ਟਾਈਮ ਭਾਜੀ ਹੈ ਨਹੀਂ ਕਿ ਆਪਾਂ ਅੱਗੋਂ ਕੁਛ ਬੋਲੀਏ ਉਹਨੂੰ ਹੈ ਨਾ ਅੱਜ ਦੇ ਟਾਈਮ ਦੇ ਵਿੱਚ ਸਿਰਫ ਇਹੀ ਹੈ ਕਿ ਹਾਂ ਹੱਥ ਜੋੜ ਕੇ ਪਿੱਛੇ ਹੋ ਜਾਓ ਬਸ ਆਪਣੀ ਸੋਚ ਤੇ ਡਿਪੈਂਡ ਕਰਦਾ ਏ ਕੰਮ ਕਿ ਤੁਹਾਡਾ ਸਰਕਲ ਵੀ ਸਰਕਲ ਨੂੰ ਲੈ ਕੇ ਵੀ ਅੱਜ ਕੱਲ੍ਹ ਬਹੁਤ ਸਰਕਲ ਹੀ ਤੁਹਾਡੀ ਸੋਚ ਬਣਾਉਂਦਾ ਤੇ ਤੁਹਾਡੀ ਸੋਚ ਹੀ ਤੁਹਾਡਾ ਸਰਕਲ ਡਿਵੈਲਪ ਕਰਦੀ ਹਾਂ ਦੋਨੇ ਚੀਜ਼ਾਂ ਇੱਕ ਦੂਜੇ ਦੇ ਨਾਲ ਮਤਲਬ ਕਿ ਮੈਟਰ ਕਰਦੀਆਂ ਕੰਬੀਨੇਸ਼ਨ ਇੱਕ ਸਿੱਕੇ ਦੇ ਦੋ ਪਹਿਲੂ ਕਹਿ ਸਕਦੇ ਹਾਂ ਆਪਾਂ ਕਿ ਜਿਹੋ ਜਿਹਾ ਤੁਸੀਂ ਸੋਚੋਗੇ ਅੱਜ ਆਪਣਾ ਦੋਨਾਂ ਦਾ ਆਪਣਾ ਸਭ ਵੀ ਮੇਲ ਹੋਇਆ ਰੱਬ ਨੇ ਮੇਲ ਕਰਾਇਆ ਆਪਣੀ ਦੋਨਾਂ ਦੀ ਸੋਚ ਮਿਲੂਗੀ ਤਾਂ ਆਪਾਂ ਅੱਗੇ ਨਿਭਾਂਗੇ ਨਹੀਂ ਤਾਂ ਕੀ ਪਤਾ ਆਪਾਂ ਨਾ ਮਿਲੀਏ ਕਦੇ ਲਾਈਫ ਦੇ ਵਿੱਚ ਇਹ ਵੀ ਹੋ ਸਕਦਾ ਆਪਾਂ ਯਾਰ ਪਰਸੋਂ ਨੂੰ ਮੈਂ ਤੁਹਾਨੂੰ ਫੋਨ ਕਰਾਂ ਵੀਰੇ ਤੁਹਾਨੂੰ ਮਿਲ ਕੇ ਬਹੁਤ ਮਜ਼ਾ ਆਇਆ ਯਾਰ ਹੈ ਨਾ ਅਤੇ ਪਰਸੋਂ ਹੀ ਮੈਂ ਤੁਹਾਡੇ ਕੋਲ ਆ ਜਾ ਬਠਿੰਡੇ ਵੀਰੇ ਮੈਂ ਦੁਬਾਰੇ ਮਿਲਣਾ ਤੁਹਾਨੂੰ ਪਰਸਨਲੀ ਯਾਰ 2 ਘੰਟੇ ਆਪਾਂ ਬੈਠੀਏ ਗੱਲਾਂ ਬਾਤਾਂ ਕਰੀਏ ਐਵੇਂ ਵੀ ਸਬੱਬ ਮਿਲਦਾ ਕਈ ਸ਼ੂਟਸ 'ਤੇ ਜਿੱਦਾਂ ਇਹ ਹੋ ਜਾਂਦਾ ਕਈ ਆਪਣੇ ਤੋਂ ਸੀਨੀਅਰ ਆਰਟਿਸਟ ਉਹਨਾਂ ਨੂੰ ਮੈਂ ਅੱਜ ਵੀ ਫੋਨ ਕਰਦਾ ਘੰਟਾ ਘੰਟਾ ਅਸੀਂ ਗੱਲਾਂ ਕਰਦੇ ਹਾਂ ਕਿਉਂਕਿ ਉਹਨਾਂ ਨਾਲ ਗੱਲਾਂ ਕਰਨੀਆਂ ਇੱਕ ਇਹ ਕਨਵਰਸੇਸ਼ਨ ਹੁੰਦੀ ਜਿਹਦੇ ਵਿੱਚ ਤੁਸੀਂ ਸਿੱਖਦੇ ਹੋ ਆਪਣੇ ਸਰਕਲ ਦੇ ਵਿੱਚ ਤੇ ਉਹ ਤੁਹਾਡੀ ਸੋਚ ਕਿਸੇ ਦੇ ਨਾਲ ਹੀ ਰਲਦੀ ਹੁੰਦੀ ਕਿਸੇ ਦੇ ਨਾਲ ਤੁਹਾਡਾ ਹੈਲੋ ਕਰਨ ਦਾ ਵੀ ਦਿਲ ਨਹੀਂ ਕਰਦਾ ਹੁੰਦਾ ਕਿ ਯਾਰ ਇਹ ਕਿੱਥੋਂ ਮੱਥੇ ਲੱਗ ਗਿਆ ਅੱਜ ਦਾ ਕਲਾਕਾਰ ਫਿਰ ਇਕੱਲੇ ਗਾਣੇ ਨਹੀਂ ਗਾ ਰਿਹਾ ਮੈਨੂੰ ਐਂ ਲੱਗਦਾ ਬਹੁਤ ਕੁਛ ਸੋਚ ਸਮਝ ਕੇ ਚੱਲਣਾ ਪੈਂਦਾ ਇਹ ਤਾਂ ਹੈ ਭਾਜੀ ਜਿੰਨਾ ਕੁ ਰੱਬ ਨੇ ਸੋਝੀ ਬਖਸ਼ੀ ਹੈ ਉਨਾ ਕੁ ਤਾਂ ਸੋਚੀਏ ਬਾਕੀ ਕਰਨ ਕਰਾਉਣ ਵਾਲਾ ਪਰਮਾਤਮਾ ਆਪ ਹੀ ਹੈ ਜੀ ਮੇਰਾ ਲਾਸਟ ਪ੍ਰਸ਼ਨ ਕਿਸੇ ਨਾਲ ਕੋਈ ਡ੍ਰੀਮ ਪ੍ਰੋਜੈਕਟ ਵੀ ਆਹ ਕਲਾਕਾਰ ਨਾਲ ਮੈਂ ਖੜ ਕੇ ਸਟੇਜ ਸਾਂਝੀ ਕਰਾਂ ਜਾਂ ਗਾਵਾਂ ਲਾਈਵ ਜਾਂ ਕਿਤੇ ਕੋਈ ਗਾਣਾ ਅਫੀਸ਼ੀਅਲ ਤੌਰ ਦੇ ਉੱਤੇ ਕੋਈ ਹੈਗਾ ਇੱਦਾਂ ਡ੍ਰੀਮ ਭਾਅ ਜੀ ਮੈਂ ਤੁਹਾਨੂੰ ਦੱਸਾਂ ਮੈਂ ਡ੍ਰੀਮ ਮਤਲਬ ਕਿ ਡ੍ਰੀਮ ਸੁਪਨੇ ਲੈ ਕੇ ਬਹੁਤ ਦੇਖ ਲਏ ਪਰ ਸੁਪਨੇ ਲੈ ਕੇ ਪੂਰੇ ਨਹੀਂ ਹੁੰਦੇ ਉਹ ਪਰਮਾਤਮਾ ਆਪ ਹੀ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਉਸਨੇ ਕਦੋਂ ਤੁਹਾਡੇ ਵਾਸਤੇ ਕੀ ਲਿਖਿਆ ਹੋਇਆ ਪਿਛਲੇ ਦਿਨ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਮੈਂ ਪੋਸਟ ਵੀ ਪਾਈ ਸੀਗੀ ਇੰਸਟਾਗ੍ਰਾਮ 'ਤੇ ਮਤਲਬ ਕਿ ਰਣਜੀਤ ਬਾਬਾ ਵੀਰੇ ਦਾ ਸ਼ੋਅ ਸੀਗਾ ਇੱਥੇ ਰੋਪੜ ਲੋਕਲ ਹੈ ਨਾ ਆਲੂਵਾਲ ਮੇਲਾ ਇੱਥੇ ਕਾਫੀ ਵੱਡਾ ਮੇਲਾ ਹੁੰਦਾ ਅਤੇ ਅਸੀਂ ਨਾ ਮੇਰੇ 4 ਕੁ ਸਾਲ ਦੀ ਗੱਲ ਹੋ ਗਈ 3-4 ਸਾਲ ਦੀ ਇੱਥੇ ਰੋਪੜ ਸ਼ਹਿਰ ਦੇ ਵਿੱਚ ਰਣਜੀਤ ਬਾਬਾ ਬਾਈ ਦਾ ਖੁੱਲ੍ਹਾ ਅਖਾੜਾ ਸੀਗਾ
ਤੇ ਉਦੋਂ ਚਲੋ ਇੱਕ ਦੋ ਗਾਣੇ ਆ ਗਏ ਸੀਗੇ ਉਦੋਂ ਨਾਲ ਦੇ ਸੀਗੇ ਅਸੀਂ ਦੋ ਤਿੰਨ ਮੁੰਡੇ ਅਸੀਂ ਕਿਹਾ ਯਾਰ ਭੀੜ ਦੇ ਵਿੱਚ ਤਾਂ ਕੀ ਜਾਣਾ ਜਿਵੇਂ ਨਵੇਂ ਨਵੇਂ ਦੀ ਇਹ ਨਹੀਂ ਹੁੰਦੀ ਵੀ ਨਹੀਂ ਯਾਰ ਭੀੜ 'ਚ ਨਹੀਂ ਜਾਣਾ ਹੈ ਨਾ ਅਤੇ ਉੱਥੇ ਵੀ ਕੋਈ ਪਛਾਣ ਲੂਗਾ ਕੋਈ ਇਹ ਹੋਊਗਾ ਜਾਣਦੇ ਉਹਨੇ ਕੀ ਹੁੰਦੇ ਸਰਕਲ ਦੇ ਕਿਉਂਕਿ ਹੁਣ ਹੁਣ ਥੋੜ੍ਹਾ ਜਿਹਾ ਪਿਆਰ ਮਿਲਣ ਲੱਗਿਆ ਸਾਰਿਆਂ ਨੂੰ ਪਰ ਇੱਕ ਮਨ ਦੇ ਵਿੱਚ ਤਾਂ ਇਹ ਹੁੰਦੀ ਨਾ ਕਿ ਹਾਂ ਯਾਰ ਵੀ ਨਹੀਂ ਆਪਣੇ ਗਾਣੇ ਆ ਗਏ ਆਪਣੇ ਅਸੀਂ ਨਾ ਬਾਬੇ ਬਾਈ ਨੂੰ ਦੂਰ ਕਿਸੇ ਜਿੱਦਾਂ ਕੋਠਾ ਸੀਗਾ ਆਪਣੇ ਯਾਰ ਦੋਸਤ ਦਾ ਉੱਥੇ ਖੜ ਕੇ ਅਸੀਂ ਸੁਣਿਆ ਸਿਰਫ ਕੰਨਾਂ ਦੇ ਵਿੱਚ ਅਤੇ ਕਦੇ ਵੀ ਬਾਬੇ ਵੀਰੇ ਦੀ ਕੋਈ ਵੀਡੀਓ ਦੇਖਣੀ ਤਾਂ ਦਿਲ ਕਰਨਾ ਵੀ ਸਾਹਮਣੇ ਸਾਹਮਣੇ ਫਸਟ ਕਤਾਰ ਦੇ ਵਿੱਚ ਪਹਿਲੀ ਰੋ ਦੇ ਵਿੱਚ ਬੈਠ ਕੇ ਸੁਣਨਾ ਬਾਈ ਨੂੰ ਬਸ ਇਹੀ ਮਤਲਬ ਕਿ ਚੰਗੇ ਹਰੇਕ ਚੰਗੇ ਮੈਂ ਇਹ ਨਹੀਂ ਕਹਿੰਦਾ ਵੀ ਇੱਕ ਹਰੇਕ ਚੰਗੇ ਸਿੰਗਰ ਜਦੋਂ ਤੁਸੀਂ ਪਿਆਰ ਕਰਦੇ ਹੋ ਗਾਇਕੀ ਨੂੰ ਪਿਆਰ ਕਰਦੇ ਹੋ ਸੰਗੀਤ ਨੂੰ ਪਿਆਰ ਕਰਦੇ ਹੋ ਤੁਹਾਡਾ ਹਰੇਕ ਹੀ ਮਤਲਬ ਕਿ ਜਗ੍ਹਾ ਤੁਹਾਨੂੰ ਸੁਣਨ ਦਾ ਦਿਲ ਕਰਦਾ ਹੈ ਨਾ ਅਤੇ ਉਹੀ ਦਿਲ ਕਰਨਾ ਅਤੇ ਮੁੜ ਕੇ ਉੱਦਣ ਸਬੱਬ ਐਸਾ ਬਣਿਆ ਮੇਰੀ ਪਰਫੋਰਮੈਂਸ ਸੀ ਮੈਂ ਮੇਰੇ ਤੋਂ ਬਾਅਦ ਰਣਜੀਤ ਬਾਬਾ ਬਾਈ ਦੀ ਪਰਫੋਰਮੈਂਸ ਸੀਗੀ ਅਤੇ ਮੈਂ ਜਦੋਂ ਗਾਣਾ ਗਾਇਆ ਅਤੇ ਉਦੋਂ ਉਸ ਤੋਂ ਬਾਅਦ ਹੈ ਨਾ ਸਾਈਡ 'ਤੇ ਖੜ੍ਹੇ ਸੀਗੇ ਅਸੀਂ ਅਤੇ ਉਦੋਂ ਸਬੱਬ ਬਣਿਆ ਕਿ ਮੈਂ ਸਟੇਜ 'ਤੇ ਖੜ੍ਹ ਕੇ ਸੁਣ ਰਿਹਾ ਸੀਗਾ ਬਾਈ ਨੂੰ ਅਤੇ ਬਾਈ ਨੇ ਆਪ ਖੁਦ ਮੈਨੂੰ ਬੁਲਾਇਆ ਕਹਿੰਦਾ ਆ ਸੁਣਿਆ ਵੀ ਤੇਰਾ ਤਾਂ ਗਾਣਾ ਅਸੀਂ ਸੁਣਿਆ ਮਤਲਬ ਜਦੋਂ ਇੱਕ ਤੁਹਾਡਾ ਸੀਨੀਅਰ ਆਰਟਿਸਟ ਜਿਹਨੂੰ ਤੁਸੀਂ ਜੀ ਪਿਆਰ ਕਰਦੇ ਹੋ ਜਿਹਨੂੰ ਤੁਸੀਂ ਰਿਸਪੈਕਟ ਕਰਦੇ ਹੋ ਜਿਹਨੂੰ ਤੁਸੀਂ ਸਿਰਫ ਤੱਕਣਾ ਹੀ ਬਹੁਤ ਕੁਛ ਸਮਝਦੇ ਹੋ ਵੀ ਕੋਲ ਤੋਂ ਤੱਕ ਲਿਆ ਉਹ ਤੁਹਾਡੇ ਬਾਰੇ ਤੁਹਾਡੀ ਤਾਰੀਫ ਦੇ ਵਿੱਚ ਸ਼ਬਦ ਬੋਲੇ ਤੁਹਾਡੀ ਹੈ ਨਾ ਤੁਹਾਡੀ ਤੁਹਾਨੂੰ ਐਪਰੀਸ਼ੀਏਟ ਕਰੇ ਤਾਂ ਉਦੋਂ ਹੌਸਲਾ ਦੁੱਗਣਾ ਹੋ ਜਾਂਦਾ ਉਹ ਮਤਲਬ ਕਿ ਉਹ ਮੈਂ ਸੋਚ ਵੀ ਨਹੀਂ ਸਕਦਾ ਸੀਗਾ ਉਹਦਾ ਡ੍ਰੀਮ ਵੀ ਨਹੀਂ ਲਿਆ ਸੀਗਾ ਉਹ ਰੱਬ ਨੇ ਆਪ ਹੀ ਸਬੱਬ ਬਣਾ ਤਾ ਅਤੇ ਐਵੇਂ ਮੈਂ ਸੋਚਦਾ ਕਿ ਵਾਹਿਗੁਰੂ ਜੋ ਵੀ ਕਰਦਾ ਕੱਲ੍ਹ ਨੂੰ ਉੱਪਰ ਥੱਲੇ ਕਰੂ ਤਾਂ ਖੁਸ਼ ਹੀ ਰਹਿਣਾ ਚੜ੍ਹਦੀ ਕਲਾ 'ਚ ਹੀ ਰਹਿਣਾ ਜੀ ਚਲੋ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਲਦੀ ਹੀ ਆਪਾਂ ਫਿਰ ਮਿਲਾਂਗੇ ਜ਼ਰੂਰ ਜ਼ਰੂਰ ਅਤੇ ਜਾਂਦੇ ਜਾਂਦੇ ਮੈਂ ਚਾਹੂੰਗਾ ਕੋਈ ਹੋਰ ਚੜ੍ਹਦੀ ਕਲਾ ਵਰਗਾ ਉਹੋ ਜਿਹਾ ਗੀਤ ਕੋਈ ਧੜੱਲੇਦਾਰ ਚੀਜ਼ ਹੋ ਜਾਵੇ ਚੜ੍ਹਦੀ ਕਲਾ ਜਿੱਥੋਂ ਮੈਂ ਸਟਾਰਟ ਹੋਇਆ ਸੀ ਯਾਰਾਂ ਦੋਸਤਾਂ ਨੇ ਮੈਨੂੰ ਸ਼ੁਰੂ ਤੋਂ ਐਪਰੀਸ਼ੀਏਟ ਕੀਤਾ ਕਿਉਂਕਿ ਅੱਜ ਕੱਲ੍ਹ ਕਾਫੀ ਗਾਣੇ ਆ ਰਹੇ ਨੇ ਕੋਈ ਕਹਿੰਦਾ ਯਾਰ ਐਂ ਹੋ ਗਿਆ ਮੇਰੀ ਯਾਰੀ ਉਹ ਹੋ ਗਈ ਪਰ ਯਾਰ ਅਸਲ ਦੇ ਵਿੱਚ ਉਹੀ ਹੈ ਜਿਹੜਾ ਤੁਹਾਡੇ ਔਖੇ ਟਾਈਮ ਦੇ ਵਿੱਚ ਵੀ ਤੁਹਾਨੂੰ ਬਰਾਬਰ ਹੀ ਰੱਖੇ ਕੋਈ ਚੱਕਰ ਨਹੀਂ ਵੀਰੇ ਗਾਣਾ ਨਹੀਂ ਆਇਆ ਜਾਂ ਕੋਈ ਸਟਰਗਲ ਚੱਲ ਰਹੀ ਤਾਂ ਤੇਰੇ ਨਾਲ ਪਿਆਰ ਮੇਰਾ ਮੁਹੱਬਤ ਮੇਰੀ ਉਹੀ ਹੈ ਹੈ ਨਾ ਅਤੇ ਉਹ ਯਾਰਾਂ ਦੋਸਤਾਂ ਨੇ ਸਟਾਰਟ ਕਰਾਇਆ ਸੀਗਾ ਪਟਿਆਲੇ ਤੋਂ ਸਰਕਲ ਸੀਗਾ ਮੇਰਾ ਖਾਲਸਾ ਕੋਲ ਚੰਡੀਗੜ੍ਹ ਤੋਂ ਸਰਕਲ ਸੀਗਾ ਰੋਪੜ ਤੋਂ ਕਿਉਂਕਿ ਭੰਗੜੇ ਨਾਲ ਬੋਲੀਆਂ ਕਰਕੇ ਸਾਰੀ ਜਗ੍ਹਾ ਪਿਆਰ ਪਿਆ ਮੁਹੱਬਤ ਪਈ ਹੋਈ ਅਤੇ ਉਹਨਾਂ ਲਈ ਗਾਣਾ ਕੀਤਾ ਸੀਗਾ ਯਾਰੀ ਜ਼ਿੰਦਾਬਾਦ ਉਹ ਸਾਰਿਆਂ ਨੇ ਬਹੁਤ ਪਿਆਰ ਕੀਤਾ ਉਹ ਮੈਂ ਲਾਸਟ ਦੇ ਵਿੱਚ ਸੁਣਾ ਕਿਉਂਕਿ ਜਿੱਥੋਂ ਮੈਂ ਸਟਾਰਟ ਹੋਇਆ ਸੀ ਯਾਰਾਂ ਦੋਸਤਾਂ ਦੀ ਹੋ ਭਾਵੇਂ ਆਮ ਨੇ ਜਾਂ ਭਾਵੇਂ ਇਹ ਖਾਸ ਨੇ ਹੋ ਤੇਰੇ ਯਾਰ ਦੀ ਅਖੀਰੀ ਇਹ ਆਸ ਨੇ ਉਹ ਦੁੱਕੀ ਤਿੱਕੀਆਂ ਦੇ ਨਾਲ ਕੀ ਬਣਦਾ ਹੈ ਆ ਯੱਕਿਆਂ ਦੇ ਬਿਨਾਂ ਨਾ ਸਵਾਦ ਸੋਣੀਏ ਉਹ ਯਾਰ ਹੀ ਚੜਾਉਂਦੇ ਕੰਮ ਸਿਰੇ ਯਾਰ ਦੇ ਯਾਰੀ ਜ਼ਿੰਦਾਬਾਦ ਸੋਣੀਏ ਯਾਰ ਹੀ ਚੜਾਉਂਦੇ ਕੰਮ ਸਿਰੇ ਯਾਰ ਦੇ ਯਾਰੀ ਜ਼ਿੰਦਾਬਾਦ ਸੋਣੀਏ ਹੋ ਸੋ ਇਹ ਸਾਰੇ ਯਾਰਾਂ ਦੀਆਂ ਜਿਹੜੇ ਜਿਹੜੇ ਸੱਚੇ ਦਿਲੋਂ ਪਿਆਰ ਮੁਹੱਬਤ ਕਰਦੇ ਨੇ ਇੱਕ ਦੂਜੇ ਨੂੰ ਸਾਰਿਆਂ ਦੀਆਂ ਯਾਰੀਆਂ ਬਰਕਰਾਰ ਰਹਿਣ ਤੇ ਸਰਦਾਰੀਆਂ ਬਰਕਰਾਰ ਰਹਿਣ ਜੀ ਬਿਲਕੁਲ ਪੰਜਾਬ ਜਿੰਦਾਬਾਦ ਧੰਨਵਾਦ ਜੀ ਤੁਹਾਡਾ ਚੜ੍ਹਦੀ ਕਲਾ 'ਚ ਰਹੋ ਜਿਉਂਦੇ ਵਸਦੇ ਰਹੋ ਜੀ ਸੋ ਇਹ ਸੀ ਏਕਮ ਚਨੋਲੀ ਬਾਖੂਬ ਕਲਾਕਾਰ ਆ ਬਾਖੂਬ ਇਸਦੀ ਨੌਜਵਾਨ ਦੀ ਆਵਾਜ਼ ਆ ਅਤੇ ਅਸੀਂ ਇਹੀ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਣੇ ਨੌਜਵਾਨਾਂ ਨੂੰ ਆਪਣੀ ਧਰਤੀ ਨੂੰ ਅਤੇ ਜਿਹੜੀ ਨਵੀਂ ਪੁੰਗਰ ਰਹੀ ਪਨੀਰੀ ਆ ਉਹਨਾਂ ਨੂੰ ਇੱਕ ਵਧੀਆ ਸੇਧ ਦੇਣ ਆਪਦੇ ਗਾਣਿਆਂ ਦੇ ਰਾਹੀਂ ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਨਵੀਂ ਸ਼ਖਸੀਅਤ ਦੇ ਨਾਲ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟਾਕ ਵਿਦ ਰਤਨ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ